ਪਹਿਲੀ ਚਿੱਠੀ ਆਦੇ ਜਿਹੜੀ ਤੁਸੀਂ ਕਦੇ ਲਿਖੀ ਕਿਸੇ ਨੂੰ ਅਗਲੇ ਨੇ ਕਰੇ ਜਾਣਾ ਕਾਤੋਂ ਤੁਸੀਂ ਇਹ ਕਰੀ ਜਾਂਦੇ ਆ ਨਹੀਂ ਨਹੀਂ ਕੋਈ ਨਾ ਦਰ ਦੋ ਕਿੰਨਿਆ ਕਮੈਂਟ ਕਰਾਈ ਐ ਸੀ ਸਰਦਾਰ ਜੀ ਪਹਿਲੀ ਫਿਲਮ ਲੈ ਕੇ ਨਹੀਂ ਅਸਲੀ ਨਹੀਂ ਕਰ ਰਹੀ ਹਾਂ ਪਰ ਮੈਨੂੰ ਆਈ ਦੱਸੇ ਸੱਚ ਉਹਨਾਂ ਨੇ ਕਵਰ ਕਰ ਲਿਆ ਮੈਂ ਕਦੇ ਕਿਸੇ ਲਈ ਸ਼ਾਇਰੀ ਨਹੀਂ ਲਿਖੀ ਹੌਨੈਸਟ ਲਿਖ ਕੇ ਤਾਈ ਹੋਈ ਜੀ ਬਹੁਤ ਆ ਤਾਂ ਇੰਸਟਾਗ੍ਰam ਖੋਲੋ

ਨੀ ਰੂ ਪਹਿਲਾ ਪ੍ਰਪੋਜ਼ਲ ਯਾਦਾ ਸਭ ਪਤਾ ਮੇਰੇ ਬਾ ਗਲ ਕਿਸੇ ਹੋਰ ਪਾਸੇ ਚਲੀ ਜਾਉਗੀ ਪਲੀਜ਼ ਮੈਨੂੰ ਨਹੀਂ ਆਈ ਡੋਂਟ ਬਲੀਵ ਇਨ ਆਲ ਦਿਸ ਕਿਸੇ ਹੋਰ ਦਾ ਹੋਊਗੀ ਜਸ ਤਾਂ ਵੱਧ ਪਿਆਰਾ ਲੱਗੂਗਾ ਆਈ ਡੋਂਟ ਬਲੀਵ ਇਨ ਆਲ ਦਿਸ ਨੌਂਸੈਂਸ ਆਹ ਨੌਂਸੈਂਸ ਆਈ ਡੂ ਅਤੇਸ਼ਾ ਦੇ ਦੁਕਾਨਦਾਰੀ ਐਸੇ ਚੱਲ ਤੇ ਚੱਲਦੀ ਏ ਤੂੰ ਚੁੱਪ ਕਰ ਜਾ ਉਧਰ ਉਹ ਗੱਲ ਕਹਿਣਾ ਚਾ ਰਹੇ ਨੇ ਤੈਨੂੰ ਕਹੋ ਦੇ ਸੱਚੀ ਕਾਲ ਜੀ ਮੈਂ ਭਵਨੀਤ ਕੌਸ਼ਲ ਤੁਸੀਂ ਵੇਖ ਰਹੇ ਹੋ এবੀਪੀ ਸੰਚਾ ਅੱਜ ਜਿੰਨਾ ਨਾ ਮੇਰੀ ਗੱਲਬਾਤ ਹੋਣ ਵਾਲੀ ਹੈ ਨਾ ਉਹ ਕਹਿੰਦੇ ਅੱਜ ਨਵਾਂ ਕੀ ਗੱਲ ਕਰਾਂਗੇ ਅਸੀਂ ਮੈਂ ਕਿਹਾ ਨਵੀਂ ਗੱਲ ਅੱਜ ਹੋਏਗੀ ਨੀਰੂ ਬਾਜਵਾ ਦੇ ਇਸ਼ਕ ਬਾਰੇ ਨੀਰੂ ਬਾਜਵਾ ਦੀ ਲਵ ਲਾਈਫ ਬਾਰੇ ਇਸ ਦੇ ਵਿੱਚ ਮੇਰਾ ਸਾਥ ਦੇਣਗੇ ਸ਼੍ਰੀ ਸ਼੍ਰੀ ਸਤਿੰਦਰ ਸਰਤਾਜ ਜੀ ਤੇ ਨਾਲ ਸਾਡੇ ਨੀਰੂ ਬਾਜਵਾ ਜੀ ਵੀ ਮੌਜੂਦ ਨੇ ਹੈ ਨਾ ਯੈਸ ਨਾ ਟੈਲ ਅਸ ਆਰ ਯੂ ਰੈਡੀ ਨੀਰੂ ਬਾਜਵਾ ਆਮ ਰੈਡੀ ਆਲਵੇਸ ਰੈਡੀ ਬਹੁਤ ਰੈਡੀ ਭਾਜੀ ਸਵਾਲ ਤਿਆਰ ਨੇ ਨਾ ਜਿਹੜੇ ਅੱਜ

ਮੈਂ ਬਸ ਰੀਲਾ ਬਣਾਉਣ ਤੋਂ ਨਹੀਂ ਹਟ ਰਿਹਾ ਹੈਨਾ ਤੁਸੀਂ ਵੀ ਦੇਖੀ ਹੋਏਗੀ ਭੁੱਲੀਏ ਕਿਵੇਂ ਦੀਆਂ ਲਾਈਨਾਂ ਹੈਨਾ ਉਹ ਚੰਗਾ ਲੱਗਦਾ ਏ ਮੈਨੂੰ ਗਰੂਰ ਤੇ ਰਾਤੂ ਮਿੰਤਾ ਕਰਾਈਆਂ ਸੀ ਭੁੱਲੀਏ ਕਿਵੇਂ ਕਿੰਨੀਆਂ ਮਿੰਤਾ ਕਰਾਈਆਂ ਸੀ ਸਰਦਾਰ ਜੀ ਨੇ ਪਹਿਲੀ ਫਿਲਮ ਲੈਕਰ ਨਹੀਂ ਅੱਜ ਨਹੀਂ ਕਰ ਰਹੀ ਹਾਂ ਪਰ ਮੈਨੂੰ ਆਇਆ ਸੱਚ ਉਹਨਾਂ ਨੇ ਕਵਰ ਕਰ ਲਿਆ यो असी मिले नहीं सी कदी एंड यू नो एसी का मंझ के शायद ये फिल्म नहीं करना चावंदे एंड जो असी कली जोटा कर रहे सी वी थॉट कि और कोई नहीं कर सकता सो ऑब्वियसली द बर्डन गोस ऑन मी के चलो यू जी पूछया तुसी कि नियां में ता कर मैं किनिया करवाया मैं ओना दा ही पूछया सी वैसे इना ने भी कराइयां सी यही करांदे है जी हमेशा आदत हो गई है सच्ची आदत हो गई सच्चा के बार वैसे एक लाइक वेरी टीशियस सवाल सेट पे मिंता कौन करंदा साहब तो बाद मैं हैं किस चीज़ से करके uh, मिलता नहीं बट जस्ट टू ब्रिंग एवरीबडी टुगेदर ऑन टाइम शुरू करिए ऑन टाइम नॉट नॉट यू आई एम टॉकिंग अबाउट लाइक डायरेक्ट एवरीबडी सब hmm. कुछ hmm. hmm. मतलब सीरियसली बिकॉज़ यू नो ही गर्ल फाइन एप्रोप्रिएट हां नहीं क्योंकि तुसी ओंदे ओंदे सी एंड दे यूज्ड टू नॉट बी रेडी व्हिच यूज्ड टू मेक मी वेरी एंग्री रिमेंबर he you always came on the time that you were told oh ha to ye fir hoga si very <laughs> obedient actor <He laughs> but innu pasand nahi matlab jaldi uthna he hates okay. it but ajandesi acha tisata ji asse uthna kyu nahi pasand kyonki sode late acha kinne baje aise dincharya ki rehandi hai normally generally main 3:00 baje sona acha oh hi 11 11:30 ਅਸੀਂ ਬਿਲਕੁਲ ਆਪੋਸਿਟ ਹਾਂ ਮੈਂ 9 ਵਜੇ ਸੌਂ ਜਾਂਦੀ ਹਾਂ ਇਸਾ ਪਰ 3 ਮੈਂ 4 ਵਜੇ ਉੱਠ ਚੱਲੀ ਹਾਂ ਕਿ ਯਰ ਜਸਟ ਟੂ ਸ਼ੋਰ ਆਈ ਰੀ ਆਪੋਸਿਟ ਕਹਿੰਦੇ ਸ਼ਾਇਰੀ ਇੱਕ ਐਸੀ ਚੀਜ਼ ਹੈ ਕਹਿੰਦੇ ਨਾ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਆ ਕੇ ਅਸਰ ਪਾਉਂਦੀ ਹੈ ਹੈਨਾ ਕਿਸੇ ਨੂੰ ਖੁਸ਼ੀ ਚ ਯਾਦ ਆ ਜਾਂਦੀ ਹੈ ਤੇ ਖਾਸ ਤੌਰ ਤੇ ਦਿਲ ਟੁੱਟੇ ਤੇ ਆਉਂਦੀ ਹੈ ਤੇ ਮੈਂ ਦੋਨਾਂ ਦਾ ਜਾਨਣਾ ਚਾਹਾਂਗਾ ਉਹਨਾਂ ਕੋਲ ਤਾਂ ਮੇਰੇ ਖਿਆਲ ਨਾਲ ਲੱਗਦਾ ਡਿਟੇਲਡ ਹੈਗਾ ਪਹਿਲਾ ਨੀਰੂ ਬਾਜਵਾ ਦੇ ਕੋਲ ਪਹਿਲੀ ਸ਼ਾਇਰੀ ਲਿਖੀ ਕਦ ਆਈ ਇਹਨਾਂ ਕੋਲ ਵੀ ਸਾਰੇ ਜਵਾਬ ਹੁੰਦੇ ਦੂਜੇ ਆ ਨਾ ਨੀਰੂ ਬਾਜਵਾ ਸੁਣ ਜੋ ਕੇ ਰੱਖਦੀ ਹੈ ਨਾ ਜਬ ਆਪਾਂ ਨੂੰ ਮੌਨ ਪਤਾ ਹੈ ਹੁੰਦਾ ਮੈਂ ਖਤਰ ਕੀ ਕਰ ਅਸੀਂ ਤਾਂ ਹਲੇ ਵੇਰ ਇਕੱਠੇ ਕਰਨੇ ਆਏ ਹਾਏ ਹਾਏ ਨੀਰੂ ਬਾਜਵਾ ਕੋ ਪਹਿਲੀ ਸ਼ਾਇਰੀ ਲਿਖ ਕੇ ਕਦੋਂ ਆਈ ਤੇ ਨੀਰੂ ਬਾਜਵਾ ਨੇ ਕਦੇ ਸ਼ਾਇਰੀ ਲਿਖੀ ਆਣ ਦਿਓ ਹੁਣ ਆਣ ਦਿਓ ਨਵਾਂ ਸਵਾਲ ਓ ਗੋਡ ਨਹੀਂ ਓਨੈਸਟਲੀ ਆਫ ਮੈਨ ਆਮ ਮੈਨੀ ਉਹ ਲਵੀ ਡਵੀ ਟਾਈਪ ਹੈ ਨਹੀਂ ਮੈਂ ਬਹੁਤ ਹੀ ਪ੍ਰੈਕਟੀਕਲ ਪਰਸਨ ਆ ਐਂਡ ਆਮ ਨਾਟ ਆਮ ਵੈਰੀ ਅਨਰੋਮੈਂਟਿਕ ਸੋ ਮੈਂ ਮੈਂ ਕਦੇ ਕਿਸੇ ਲਈ ਸ਼ਾਇਰੀ ਨਹੀਂ ਲਿਖੀ ਓਨੈਸਟਲੀ ਲਿਖ ਕੇ ਤਾਈ ਹੋਏਗੀ ਬਹੁਤ ਵਾਰ ਉਹ ਤਾਂ ਇੰਸਟਾਗ੍ਰam ਖੋਲ ਪਾ ਕੋਈ ਸ਼ਾਇਰੀ ਇੱਕ ਜਿਹੜੀ ਲਾਈਕ ਤੁਹਾਨੂੰ ਕਿਸੇ ਨੇ ਜ਼ਿੰਦਗੀ ਚ ਲਿਖੀ ਹੋਵੇ ਨਹੀਂ ਕਿਸੇ ਨੇ ਨਹੀਂ ਲਿਖੀ ਐਕਚੁਅਲੀ ਸੀਰੀਅਸਲੀ ਨਾ ਟਾਈ Yeah, yeah, yeah. <laughs> then Seriously? people say that, like, what's new? <laughs> She's not giving something new to me. <laughs> <laughs> I'm telling you the truth. <laughs> hmm. hmm. Yeah, yeah, yeah. This is a three camera, you know? Must have. Oh my god, See, I'm not know to this. I'm going to Okay, let's come back. <clears throat> ਸਰਤਾਜ ਵੀ ਇਹ ਫਿਲਮ ਚ ਕਿੰਨੀ ਲਿਖਿਆ ਇਹਨਾਂ ਨੇ ਮੇਰੇ ਸ਼ਾਇਰ ਕਿੰਨੀ ਲਿਖਿਆ ਨੇ ਸਾਰੇ ਤੁਸੀਂ ਦੇਖੋਗੇ ਸਾਰੇ ਦੇਖੋਗੇ ਬੇਬੀ ਇਅਰ ਆਈ ਏਮ ਹਿਸ ਇਨਸਪੀਰੇਸ਼ਨ ਇਨ ਬਿਲਕੁਲ ਬਿਲਕੁਲ ਫਿਲਮ ਚ ਤਾਂ ਮੈਨੂੰ ਪਤਾ ਹੈ ਕਿ ਇਹਨਾਂ ਨੇ ਕਿ ਜਿੱਦਾਂ ਜਾ ਕੇ ਪਿਆਰ ਹੋ ਜਨਾ ਤੁਹਾਨੂੰ ਕਹਿੰਦਾ ਕਿ ਜਿਸ ਲੈਵਲ ਤੇ ਜਾ ਕੇ ਪਿਆਰ ਹੁੰਦਾ ਹੈ ਉਹ ਚੀਜ਼ ਤਾਂ ਚਲੋ ਫਿਲਮ ਚ ਨਿਕਲ ਕੇ ਆਏਗੀ ਕਹਿੰਦੇ ਲੇਕਿਨ ਸ਼ਾਇਰ ਜਦ ਕੋਈ ਬਣਦਾ ਆ ਉਹਦਾ ਇੱਕ ਮੁਕਾਮ ਹੁੰਦਾ ਜਦ ਜਾ ਕੇ ਉਹ ਆਪਣੇ ਆਪ ਨੂੰ ਸ਼ਾਇਰ ਕਹਿਣ ਲੱਗਦਾ ਸਰਤਾਜ ਦੀ ਜ਼ਿੰਦਗੀ ਦੇ ਵਿੱਚ ਐਸਾ ਮੋਮੈਂਟ ਕਿਹੜਾ ਸੀ ਜਦ ਸਰਤਾਜ ਨੂੰ ਲੱਗਾ ਕਿ ਹਾਂ ਹੁਣ ਮੈਂ ਸ਼ਾਇਰ ਆ ਦੇਖੋ ਹੈ ਤੇ ਥੋੜਾ ਜਿਹਾ ਬਹੁਤ ਹੀ ਐਰੋਗੈਂਟ ਜਿਹਾ ਆਨਸਰ ਆ ਪਰ ਆਬਵੀਅਸਲੀ ਓਨੈਸਟ ਵੀ ਹੋਣਾ ਚਾਹੀਦਾ ਜਦੋਂ ਮੈਂ ਰਸੀਦ ਗਾਣਾ ਮੇਰਾ ਲਿਖਿਆ ਗਿਆ ਸੀ ਤੇ ਐਕਚੁਅਲੀ ਜਦੋਂ ਰਿਲੀਜ਼ ਹੋ ਗਿਆ ਤੇ ਮੇਰੀ ਇਹ ਪ੍ਰੋਕਲੇਮੇਸ਼ਨ ਸੀਗੀ ਵਰਡਿਕਟ ਸੀਗਾ ਕਿ ਥਿਸ ਵਿਲ ਬੀ ਮਾਈ ਬੈਸਟ ਕ੍ਰੀਏਸ਼ਨ ਇਨ ਮਾਈ ਲਾਈਫ ਰਸੀਦ ਸਮਝੋ ਚਲੋ ਉਹ ਇੰਨਾ ਵਾਈਡਰ ਪ੍ਰਸਪੈਕਟਿਵ ਤੇ ਉੱਤੇ ਨਹੀਂ ਗਿਆ ਜਿੰਨਾ ਕਿ ਸਾਈ ਜਾਂ ਉਡਾਰੀਆਂ ਦੇ ਵਕਤ ਬਾਕੀ ਗਾਣੇ ਜਾਂਦੇ ਆ ਆਬਵੀਅਸਲੀ ਵੀ ਕੋਈ ਥੋੜਾ ਬਹੁਤ ਮਿਸਟਿਕ ਆ ਜੇ ਮੈਟਾਫੋਰ ਇਹਨਾਂ ਜ਼ਿਆਦਾ অবশ্য ਨਹੀਂ ਹੈਗਾ ਤੇ ਡੀਕੋਡ ਨਹੀਂ ਹੁੰਦਾ ਜਲਦੀ ਜਿੰਨੀ ਚੀਜ਼ ਜਲਦੀ ਸਮਝ ਆਏਗੀ ਉਨੀ ਜ਼ਿਆਦਾ ਵਾਈਡਰ ਪਰਸਪੈਕਟਿਵ ਚ ਫੈਲੇਗੀ ਇਹ ਦਾ ਫੀਨੋਮਨਾ ਆਫ ਆਰਟ ਹੈਗਾ ਇਹ ਬਟ ਉਸ ਤੋਂ ਬਾਅਦ ਨਾਦਾਨ ਜੀ ਆਸ ਥੈਨ ਮੇਰੇ ਖਿਆਲ ਦੇ ਵਿੱਚ ਪੋਲਿਟੀਕਲੀ ਹੁਣ ਸਾਡੇ ਗਾਣਾ ਰਿਲੀਜ਼ ਹੋਗਾ ਸ਼ਬਨਮੀ ਯਾਦਾਂ আচ্ছা ਜੀ ਸ਼ਾਇਰ ਤੋਂ ਇਹਦੇ ਚ ਨਹੀਂ ਹੈਗਾ ਉਹ ट्रैवल ਡਾਇਰੀ ਚ ওকে ਤੇ ਸ਼ਾਇਰ ਚ ਇੱਕ ਗਾਣਾ ਸੀਗਾ ਜਿਹੜਾ ਕਿ ਪੋਇਟਰੀ ਦੇ ਤੌਰ ਤੇ ਹੈਗਾ ਮੀਸ ਗਾਣੇ ਦੇ ਤੌਰ ਤੇ ਸ਼ਾਇਦ ਨਹੀਂ ਰਹੇਗਾ ਉਹਦੇ ਵਿੱਚ ਉਹ ਮੇਰਾ ਕੰਟੈਂਪੋਰੀ ਮੋਸਟ ਫੇਵਰਿਟ ਐਂਡ ਮੋਸਟ ਜਨਰਿਕ ਨੋ ਤੇ ਪਰਫਾਰਮਡ ਬੀਇੰਗ ਆਫ ਸ਼ਾਇਰ ਤੇ ਬਤ ਜਦੋਂ ਤੁਸੀਂ ਕਹਿੰਦੇ ਕਿ ਕਦੋਂ ਲੱਗਿਆ ਸ਼ਾਇਰ ਹੋ ਗਏ ਆ ਉਹਦੇ ਵਿੱਚ ਮੈਂ ਲਿਖਿਆ ਵੀ ਹੋ ਗਿਆ ਕਿ ਐਸੀ ਆਸ਼ਕੀ ਕਰੀ ਸਰਤਾਜ ਸ਼ਾਇਰਾ ਕੋਈ ਹੈਰਾਨ ਹੋਵੇ ਤੇ ਕੁਰਬਾਨ ਹੋਵੇ क्या बात है क्या बात है ते निरंग जवें तुसी कहया ना कि की तुसी लवडावी नहीं हो राइट ऐसे करके मैं देखा की तुसी कोर रोमांटिक फिल्मा नहीं कीती हां है।, है ना वो चीज है बट शायर वर्गा किरदार है ना शायर नहीं ऑन स्क्रीन तो मेथो वाटर रोमांटिक है ही नहीं 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 वो वो, वो जो रोमांस मैं कर सकती है कोई नहीं कर सकता सो बट वही चीज लाइक मैं प्लीज अन ना 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 प्लीज मैं दे यू नो कभी बंद कर रहे हैं कि अच्छा मेरे तो कोई रीडेबिलिटी ना होवे बटमी लाइक दूजी नीरू बाजवा लाइक like, मैं हरे दसा एक प्रेस कॉन्फ्रेंस uh, क्या uh, एक एक्टर से जे हम सियासत जा रहे हैं करमजीत अनमोल जी, जी। उन्होंने कहा कि मेनु लगता है कि नीरू बाजवा एक ऐसे अदका ने जेडे जनरेशन तक रोमांस कर मैनुसो कि ਇੱਕ ਰੋਮਾਂਟਿਕ ਭਾਵ ਜਿਹਨੇ ਤੁਹਾਡੇ ਅੰਦਰ ਦੇ ਇੱਕ ਆਰਟਿਸਟ ਨੂੰ ਹਿਲਾ ਕੇ ਰੱਖ ਦਿੱਤਾ ਹੋਵੇ ਨਿਰੂ ਬਾਜਪਾਈ ਦਾ ਕੀ ਰਿਹਾ ਉਹ ਕੱਲੀ ਝੋਟਾਈ ਸੀਗਾ ਜੀ ਇੱਕ ਸੀਨ ਆ ਜਦੋਂ ਕਾਲਜ ਦੇ ਵਿੱਚ ਨਾ ਵੈਸੀ ਇੱਕ ਉਹ ਚੱਲ ਰਹੀ ਐਕਟੀਵਿਟੀ ਤੇ ਇਹ ਅਸੀਂ ਲਾਈਨਸ ਬੈਠੇ ਆ ਤੇ ਇਹ ਸਰਵ ਕਰ ਲਿਆ ਮੇਰੀ ਦਾਲ ਦੇ ਵਿੱਚ ਖੀਰ ਪਾ ਰਿਆ ਤੇ ਉਹ ਮੈਂ ਸੰਦੋਸਜੀ ਨੂੰ ਵੀ ਉਹ ਗੱਲ ਉਸੇ ਦਿਨ ਸ੍ਰੀਨ ਤੋਂ ਬਾਅਦ ਕਹੀ ਸੀ ਕਿ ਦਿਸ ਜਿੱਦਾਂ ਇਹਨੇ ਕਿਹਾ ਕਿ ਔਨ ਸਕਰੀਨ ਜਿਵੇਂ ਇਹ ਐਕਸਪ੍ਰੈਸ ਕਰ ਸਕਦੇ ਆ ਰੋਮਾਂਟਿਕਾਈਜ਼ ਕਰ ਸਕਦੇ ਆ ਸਾਰੇ Uh, atmosphere no i think that is, that is really commendable and incredible and adorable as well mm -hmm. te, that day I pata that this is ki very fine actor nahi nalok hai kam na ki tusi ki express karoge bad to bad male da the, wese expression bahut ghat female da obviously thoda ja but uh, to express very particular very measured and very refined uh, romance particularly she is, she is amazing in that ਇਹ ਜਦ ਕਹਿੰਨਾ ਸ਼ਾਇਰੀ ਜਦ ਬੋਲੀ ਜਾਂਦੀ ਹੈ ਖਾਸ ਤੌਰ ਤੇ ਤੁਹਾਡੇ ਲਈ ਬੋਲੀ ਜਾਂਦੀ ਹੈ ਜਿਹੜਾ ਦਿਲ ਤੋਂ ਫੀਲ ਕਰਦਾ ਹੈ ਨਾ ਉਹਦੇ ਚਿਹਰੇ ਤੇ ਇੱਕ ਨੂਰ ਆ ਜਾਂਦਾ ਹੈ ਤੁਸੀਂ ਤਾਂ ਫੀਲ ਮਿਲ ਲੱਗਦਾ ਉਹ ਨਹੀਂ ਕਿ ਕਰਦੇ ਨਹੀਂ ਬਟ ਚਿਹਰੇ ਤੇ ਨੂਰ ਕਿਵੇਂ ਆ ਜਾਂਦਾ ਫਿਰ ਸ਼ਾਇਰੀ ਵਾਲਾ ਕਿਉਂਕਿ ਅਸੀਂ ਜਿੰਨਾ ਫਿਲਮ ਦੇ ਗੀਤਾਂ ਦੇ ਵਿੱਚ ਵੀ ਐਕਸਪ੍ਰੈਸ਼ਨਸ ਦੇਖੇ ਹਾਂ ਕਮਾਤਲ ਜਦੋਂ ਮੈਂ ਰੈਸਾਈਟ ਕਰਦੀ ਸ਼ਾਇਰੀ ਐਕਚੁਅਲੀ ਜਿਹੜੇ ਸੁਣਦੇ ਵੀ ਹੋ ਜਾਂਦੇ ਆ ਉਹ ਮੈਂ ਰੈਸਾਈਟ ਵੀ ਕੀਤੀ ਆ ਤੇ ਸਰਤਾਜ ਜੀ ਨੇ ਮੈਨੂੰ ਕੋਚਿੰਗ ਦਿੱਤੀ ਕਿ ਮਤਲਬ ਸ਼ਾਇਰੀ ਰੈਸਾਈਟ ਕਿਵੇਂ ਕਰਦੀ ਹੈ ਮਤਲਬ ਇਟਸ ਲਾਈਕ ਯੂ ਸੈੱਟ ਇਟਸ ਲਾਈਕ ਕਿ ਇੱਕ ਰਿਦਮ देयर इज अ ਰਿਦਮ ਟੂ ਇਟ ਹੀ ਟਾਕਸ ਮੀ ਦੈਟ ਹਾਂਜੀ ਹਾਂ ਸੋ ਅਮ ਬਾਕੀ ਹਾਂ ਆਈ ਥਿੰਕ ਆਮ ਰੀਲੀ ਗੁੱਡ ਐਕਟਰ ਐਂਡ ਆਈ ਜਸਟ ਫੀਲ ਥਿੰਗਸ ਬਟ ਮੈਂ ਲਾਸਟ ਹੋ ਜਾਣੀ ਸੀ ਜੇ ਮੈਂ ਕਦੇ ਪਲਾਨ ਨਹੀਂ ਕਰਦੀ ਕੁਝ ਯੂ نو ਆਮ ਵੈਰੀ ਆਮ ਕੀ ਕੈਨ ਦਿਸ ਸਪੌਂਟੇਨੀਅਸ ਐਂਡ ਇਨਸਟਿੰਕਟਸ ਲਾਈਕ ਐਕਸ਼ਨ ਤੋਂ ਬਾਅਦ ਮੈਂ ਸੀਰੀਅਸਲੀ ਖੋ ਜਾਣੀ ਆ ਮੈਨੂੰ ਇਟਸ ਲਾਈਕ ਇਟ ਰੀਲੀ ਵੀਅਰ ਬਟ ਇਟਸ ਐਨ ਆਊਟ ਆਫ ਬਾਡੀ ਐਕਸਪੀਰੀਅੰਸ ਮੈਨੂੰ ਕਦੀ ਕੋਈ ਮੈਨੂੰ ਪੁੱਛਦਾ ਹੈ ਕਿ ਟਾਈਮ ਇਨ ਉਹ ਜਿਹੜੇ ਕੋਸਟਰਸ ਰਿਹਰਸਲਸ ਕਰਦੇ ਆ ਜਾਂ ਪੁੱਛਦੇ ਆ ਕਿ ਉਹ ਆ ਕਰ ਮੈਂ ਆ ਕਰੂੰਗਾ ਜਾਂ ਯੂ ਕੈਨ ਡੂ ਦਿਸ ਆਈ ਹੇਟ ਥੈਟ ਪ੍ਰੀ ਪਲੈਨਿੰਗ ਸੋ ਅਮ ਉਹ ਤਾਂ ਮੈਂ ਮਾਰਕਿੰਗ ਕਰ ਲੈਣੀ ਆ ਬਟ ਆਈ ਲਾਈਕ ਟੂ ਰਿਐਕਟ ਐ ਮੈਨੂੰ ਸੀਰੀਅਸਲੀ ਨਹੀਂ ਪਤਾ ਕਿ ਮੈਂ ਸੀਨ ਚ ਕੀ ਕਰਨ ਵਾਲੀ ਆ ਐਂਡ ਆਈ ਲਵ ਕਿ ਯੂ نو ਸਰਤਾਜੀ ਇਸ ਜਸਟ ਲਾਈਕ ਮੀ ਐਂਡ ਜਦੋਂ ਅਸੀਂ ਐਕਸ਼ਨ ਤੋਂ ਬਾਅਦ ਅਸੀਂ ਵੀ ਟ੍ਰਾਂਸਫਾਰਮ ਅਸੀਂ ਲਿਟਰਲੀ ਅਮ ਰਿਐਕਟ ਕਰ ਰਿਹਾ ਇੱਕ ਦੂਜੇ ਨਾਲ ਕਿਉਂਕਿ ਉਹ ਰੀਅਲ ਲਾਈਫ ਥੋੜੀ ਪਤਾ ਹੁੰਦਾ ਕਿ ਅਗਲਾ ਕੀ ਕਰੂਗਾ ਸੋ ਲੈਟ ਅਸ ਰਿਐਕਟ ਐਂਡ ਦੈਟਸ ਮਾਈ ਵੇ ਆਫ ਪਰਫਾਰਮਿੰਗ ਬਿਲਕੁਲ ਤੇ ਇਹ ਸਰਤਾਜ ਵੀ ਨਹੀਂ ਤੁਹਾਡਾ ਵੀ ਰਿਐਕਸ਼ਨ ਤੇ ਗੇਮ ਰਹਿ ਗਿਆ ਜਾਂ ਫਿਰ ਪ੍ਰੈਪਰੇਸ਼ਨ ਅਲੱਗ ਹੋ ਗਈ ਹੈ ਕਿਉਂਕਿ ਸਰਤਾਜ ਵੀ ਲਾਈਕ ਬਤੌਰ ਐਕਟਰ ਬਹੁਤ ਬਦਲ ਗਏ ਨੇ ਅ ਮੇਰਾ ਤੇ ਬੇਸਿਕਲੀ ਫੰਡਾਮੈਂਟਲ ਰੂਲ ਹੀ ਇਨਸਟਿੰਕਟਿਵ ਦੱਸਿਆ ਮਤਲਬ ਮੈਨੂੰ ਪ੍ਰੈਕਟਿਸ ਤਾਂ 뮤직 ਚ ਵੀ ਨਹੀਂ ਕਰਨੀ ਚਾਹੀਦੀ ਇਹ ਨਹੀਂ ਚੰਗੀ ਨਹੀਂ ਲੱਗਦੀ ਬਟ ਜੇ ਮੈਂ ਕਰਲਾਂ ਤੇ ਬਹੁਤ ਹੀ ਮੋਨੋਟੋਨਸ ਜਾਂ ਕਹਿ ਲਓ ਜਾਂ ਕੋਈ ਖੋਰ ਵਰਡੇ ਦੇ ਲਈ ਪਤਾ ਨਹੀਂ ਕੀ ਹੈ ਉਹ ਹੋ ਜਾਂਦਾ ਰੈਪੀਟੇਟਿਵ ਹੋ ਜਾਂਦਾ ਜਾਂ ਉਹਦੇ ਵਿੱਚ ਉਹ ਨਾ ਇੱਕ ਚਾਮ ਇੱਕ ਰੋਮਾ ਇੱਕ ਐਕਸ ਫੈਕਟਰ ਚਲੇ ਜਾਂਦਾ ਉਹ ਹੋ ਸਕਦਾ ਤੁਸੀਂ ਬਹੁਤ ਹੀ ਫਾਈਨ ਐਕਟ ਵੀ ਕਰਤਾ ਸਾਰਾ ਕੁਝ ਕਰਤਾ ਬਟ ਇੱਕ ਥਰਡ ਡਾਈਮੈਂਸ਼ਨ ਜਿਹੜੀ ਹੈ ਨਾ ਉਹ ਰਹਿ ਜਾਂਦੀ ਹੈ ਤੇ ਮੈਨੂੰ ਛੋਟੀ ਜੀ ਗੱਲ ਹੈ ਡਿਊਰਿੰਗ ਅਸੀਂ ਕਰਦੇ ਸੀ ਜਿਹੜੀ ਸੋ ਪਹਿਲਾ ਫਿਲਮ ਕੀਤੀ ਸੀ ਮੈਂ ਇਕੋ ਮਿੱਕੇ ਹਾਂਜੀ ਤੇ ਜਿਵੇਂ ਉਹ ਦਿੱਤੀ ਉਹ ਬਹੁਤ ਹੂੰ ਉਨੇ ਪ੍ਰੈਕਟਿਸ ਐਕਚੁਅਲੀ ਉਹਦੀ ਪੰਜਾਬੀ ਬੈਕਗ੍ਰਾਉਂਡ ਨਾ ਹੋਣ ਕਰਕੇ ਉਹਨੂੰ ਜ਼ਿਆਦਾ ਡਾਇਲੌਗ ਦਾ ਵੀ ਕਰਨਾ ਪੈਂਦਾ ਹੈ ਤੇ ਹਨਾ ਮੈਂ ਜਦੋਂ ਬੈਠਾ ਸੀ ਉਹ ਆਏ ਤੇ ਮੈਨੂੰ ਕਹਿੰਦੇ ਆਪਾਂ ਇਹ ਸੀਨ ਦੇਸ ਕਰੀ। ਮੈਂ ਕਹਿੰਦਾ ਠੀਕ ਹੈ ਉੱਥੇ ਕਰਾਂਗੇ। ਮੈਂ ਤਾਂ ਲੱਗਿਆ ਚਲੋ ਠੀਕ ਹੈ। ਪਰ ਅਗਲਾ ਉਹ ਅਫੈਂਡ ਫੀਲ ਕਰਦੇ ਆ ਤਾਂ ਵੀ ਯਾਰ ਅੱਛਾ ਇਹਨੇ ਪ੍ਰੈਕਟਿਸ ਕਰਨ ਤੋਂ ਹੀ ਮੈਂ ਨਾ ਕਰ ਦਿੱਤਾ ਨਾ ਸੋ ਹਾਂ ਤੇ ਫਿਰ ਉਹ 15-20 ਮਿੰਟ ਲੱਗੇ ਕਿ ਯਾਰ ਨਹੀਂ ਨਹੀਂ ਮੇਰਾ ਇਹ ਮਤਲਬ ਨਹੀਂ ਸੀਗਾ ਚਲੋ ਪ੍ਰੈਕਟਿਸ ਕਰਦੇ ਆ ਕਿਉਂਕਿ ਡਾਇਲੌਗ ਪੰਜਾਬੀ ਚ ਹੀ ਆ ਤੇ ਕੋਈ ਐਡਾ ਮਸਲਾ ਨਹੀਂ ਹੈ ਤੇ ਤੁਸੀਂ ਥੋੜਾ ਬਹੁਤ ਉਹਨੂੰ ਰੀਡਿਜ਼ਾਈਨ ਵੀ ਕਰ ਸਕਦੇ ਆ ਹਨਾ ਸਮ ਹ ਬਟ ਮੇਰਾ ਵੀ ਇਹੀ ਆ ਕਿ ਮੈਨੂੰ ਸਿਰਫ ਅ ਸੈਂਸ ਆਫ ਸੀਨ ਪਤਾ ਹੋਵੇ ये जरूर है कि मेरे तो मजाक भी बन गया पिछली बार दादू ने तो मैं जो पूछ रहा हूँ दादू का एहसास क्या है नहीं hmm, इट्स such a beautiful way of asking मजाक नहीं बनया हूँ मैं भी जो किसी सेट पर जानी हूँ मैं पूछती हूँ मेरा एहसास किया इट साउंड्स वेरी एलिगेंट नो अच्छा मैंने लग गया कि शायद नहीं मैं सीरियस मैं ये एहसास किया दसो मतलब यू साउंड एजुकेटेड नो एंड एलिगेंट सो उनक पता लग जाता कि अच्छा मैं कौन हूँ कितों आया एक्चुअली सिचुएशन की इस तो पहला सीन की है इस तो बाद की वो ना बहुत है उसके तो बाद जो मतलब नेचुरल रहे mm -hmm. ते ज़र कहने हैं कि रिएक्टिव रहे इंस्टिक्टिव रहे ते वो ज़्यादा ब्लास्मिंग होता है अरोमेटिक होता है क्या बात है ते नीरू पहला प्रपोज़ल याद है या हैरी yeah, um, जो वांडर प्रपोज़ तो मे <laughs> <laughs> <I remember that. laughs> <laughs> <laughs> आहहहहहहहहहहहहहहहहहहहहहहहहहहहहहहहहहहहहहहहहहहहहहहह हिरू बाज में ओपन टू आंसर एवरीथिंग फिर या लेट्स ओनली वन प्रपोजल इन मेरे मैं नहीं याद रहा तो <laughs> यह कहो कि ओनली प्रपोजल डेट आता नहीं याद रहा है ना अच्छा <laughs> <laughs> किम है हैरी ने किमे प्रपोज की था सिखाता हूँ ही बॉट मी अ बिग फैट रिंग एंड पुच्छा विल यू मेरी मी नेचरली सरप्राइज सिखा उम ही सर ਉਨਦੇ ਕਜ਼ਨ ਬ੍ਰਦਰ ਸੀਗੇ ਐਂਡ ਦੇ ਵੇਰ ਥਰੋਇੰਗ ਫਲਾwrs ਫਰਮ ਆਊਟਸਾਈਡ ਐਂਡ ਬੱਸ ਮੇਰ ਪੁੱਛੇ ਵਾਲੀ ਮੈਰੀ ਮੀ ਐਂਡ ਦਾ ਸੈਡ ਯੈਸ ਕਿਆ ਬਾਤ ਹੈ ਕਿਆ ਬਾਤ ਹੈ ਤੇ ਸਰਤਾਜ ਵੀਰੇ ਤੁਹਾਨੂੰ ਵੀ ਤਾਂ ਪ੍ਰੋਪੋਜ਼ਲ ਆਏ ਹੋਣਗੇ ਚਿੱਠੀਆਂ ਬਹੁਤ ਆਈਆਂ ਹੋਣਗੀਆਂ ਕੋਈ ਕਦੇ ਕਿਉਂਕਿ ਤੁਸੀਂ ਕਿਸੇ ਨੂੰ ਪ੍ਰੋਪੋਜ਼ ਕੀਤਾ ਜਾਂ ਪਹਿਲਾ ਕੀ ਸੀਗਾ ਜ਼ਿੰਦਗੀ ਦੇ ਵਿੱਚ ਦੇਖੋ ਬੀਇੰਗ ਜਦੋਂ ਤੁਸੀਂ ਥੋੜਾ ਜਿਹਾ ਫੇਮਸ ਹੋ ਜੰਨੇ ਆ ਫਿਰ ਤਾਂ ਆਬਵੀਅਸਲੀ ਤੁਹਾਨੂੰ ਬਹੁਤ ਸਾਰੇ ਆਉਂਦੇ ਆ ਤੇ ਉਸ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ

ਨਹੀਂ ਯਾ ਸ਼ਾਇਰੀ ਯਾਦਾ ਪਹਿਲੀ ਲਿਖੀ ਸੀ ਸ਼ਾਇਰੀ ਜਿਹੜੀਆਂ ਪਹਿਲੀਆਂ ਲਿਖਦਾ ਸੀ ਨਾ ਉਹ ਜਿੱਦਾਂ ਮੈਂ ਯੂਨੀਵਰਸਿਟੀ ਚ ਲਿਖਣਾ ਆ ਕੇ ਸ਼ੁਰੂ ਕੀਤਾ ਉਹ ਹੁੰਦੀ ਸੀਗਾ ਕਿ ਜਿਹੜੇ ਤਿਉਹਾਰ ਹੁੰਦੇ ਆ ਸੈਲੀਬ੍ਰੇਸ਼ਨ ਡੇ ਹੁੰਦੇ ਆ ਉਹਦੇ ਉੱਤੇ ਸਵੇਰੇ ਸਵੇਰੇ ਹੀ ਮਤਲਬ ਜੇਕਰ ਹੋਲੀ ਆ ਜੇਕਰ ਦੀਵਾਲੀ ਆ ਜੇ ਵਿਸਾਖੀ ਆ ਮੈਂ ਤੁਹਾਨੂੰ ਇਹਦਾ ਨਾਲ ਕੋਰਿਲੇਟਿਵ ਕਰੂੰਗਾ ਐਲੀਮੈਂਟ ਜਿਹਦੇ ਕਰਕੇ ਪਾਣੀ ਪੰਜਰ ਦਰਿਆਵਾਂ ਦਾ ਗਾਣਾ ਲਿਖਿਆ ਗਿਆ ਸੀ ਹਰ ਤਿਉਹਾਰ ਤੇ ਚਾਹੇ ਉਹ ਵੈਲੈਂਟਾਈਨ ਆ ਚਾਹੇ ਉਹ ਕੁਝ ਵੀ ਆ ਮੈਂ ਲਿਖਣੇ ਦੋਸਤਾਂ ਮਿੱਤਰਾਂ ਤੱਕ ਜਾਣੇ ਉਹ ਪੁਰਾਣੇ Samsung ਵਾਲੇ ਜਿਹੜੇ ਬਲੈਕ ਐਂਡ ਵਾਈਟ ਮੈਸੇਜ ਹੁੰਦੇ ਸੀ ਉਹ ਲਿਖ ਕੇ ਤੇ ਇੱਕ ਵਾਰੀ ਵਿਸਾਖੀ ਰਿੰਗੀ ਆ ਮੈਨੂੰ ਲੱਗਦਾ 2006 ਜਾਂ 7 ਜਿਹੜੇ ਵੀ ਈਅਰ 'ਚ ਮੈਂ ਪਾਣੀ ਬੰਦਿਆ ਦਰਵਾਜ਼ਾ ਲਿਖਿਆ ਸ਼ਾਮ ਪੈ ਗਈ ਮੈਂ ਸੈਕਟਰ 38 ਰਹਿਣ ਲੱਗ ਗਿਆ ਸੀਗਾ ਤੇ ਸ਼ਾਮ ਨੂੰ ਇੱਕ ਬੰਦੇ ਦਾ ਮੈਸੇਜ ਆਇਆ ਯਾਰ ਤੇਰਾ ਮੈਸੇਜ ਨਹੀਂ ਆਇਆ ਹਾਂ ਮੈਂ ਕਿਹਾ ਕਹਦਾ ਕਹਿੰਦਾ ਸਾਨੂੰ ਐਸੀ ਸਵਿਰੇਸਵਰੀ ਪੋਇਟਰੀ ਬਣਾ ਕੇ ਭੇਜੇਗਾ ਅਸੀਂ ਫਿਰ ਉਹ 'ਚ ਆਪਣਾ ਨਾਮ ਪਾ ਕੇ ਅੱਗੇ ਫਾਰਵਰਡ ਕਰਦੇ ਹੁੰਦੇ ਸੀ ਤੇ ਉਹ ਗਿਆ ਨਹੀਂ ਤੇ ਮੈਨੂੰ ਲੱਗਾ ਯਾਰ ਅੱਜ ਵਿਸਾਖੀ ਤੇ ਉਦੋਂ ਇਗਨਾਈਟ ਹੋਇਆ ਸੀਗਾ ਕਿ ਪਾਣੀ ਬੰਧਿਆ ਦਰਿਆਵਾਂ ਵਾਲਾ ਨਹਿਰੀ ਹੋ ਗਿਆ ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ ਯਾਦ ਰੱਖਦਾ ਵਿਸਾਖੀ ਇਹਨੇ ਦੇਖਿਆ ਹੁੰਦਾ ਜੀ ਰੰਗ ਕਣਕਾਂ ਦਾ ਹਰੇ ਤੋਂ ਸੁਨਹਿਰੀ ਹੋ ਗਿਆ ਜੇ ਮੈਂ ਪਿੰਡ ਨੂੰ ਹੁੰਦਾ ਕਣਕਾਂ ਹਰੇ ਤੋਂ ਸੁਨਹਿਰੀ ਹੁੰਦੀਆਂ ਦੇਖਦਾ ਮੈਨੂੰ ਯਾਦ ਰਹਿੰਦਾ ਵਿਸਾਖੀ ਆ ਇੱਥੇ ਤੁਸੀਂ ਹੋਰ ਇੰਡਲਜੈਂਸਸ ਹੋ ਜਾਂਦੀਆਂ ਜੈ ਵਾਟ ਐਵਰ ਹੈਨਾ ਸਿਟੀ ਲਾਈਫ ਚ ਤੇ ਸੋ ਇਹ ਪਹਿਲੀਆਂ ਪੋਇਟਰੀਜ਼ ਮੇਰੀਆਂ ਹੁੰਦੀਆਂ ਸੀ ਕੀ ਬਾਤ ਹੈ ਔਰ ਨਾ ਲਾਈਕ ਇਸ ਫਿਲਮ ਦੇ ਵਿੱਚ ਵੀ ਲਾਈਕ ਕਈ ਪਹਿਲੂ ਆਨੋਂ ਤੁਸੀਂ ਲਾਈਕ ਯੂ نو ਪੇਸ਼ ਕਰਨ ਵਾਲਿਓ ਇਸ਼ਕ ਹੋ ਜਾਂਦਾ ਹੈ ਲਾਈਕ ਜਿੰਨਾ ਕਿ ਸਾਨੂੰ ਸਮਝ ਆਇਆ ਟੀਜ਼ਰ ਦੇ ਵਿੱਚ ਲੱਗਦਾ ਹੈ ਕਿ ਉਹ ਕਿਸੇ ਤੁਹਾਡਾ ਲਵਰ ਜਿਹੜਾ ਕਿਸੇ ਹੋਰ ਦਾ ਹੋ ਚੁੱਕਾ ਹੈ ਬਟ ਪਿਆਰ ਫਿਰ ਵੀ ਕਹਿੰਦੇ ਨਾ ਪਰਵਾਣ ਚੜਾਣਾ ਚਾਹੁੰਦਾ ਹੈ ਅ ਅੱਜ ਕੱਲ ਇਹ ਬਹੁਤ ਜ਼ਿਆਦਾ ਹੁੰਦਾ ਹੈ ਨੀਰੂ ਲਾਈਕ ਆਪਾਂ ਦੇਖਦੇ ਹਾਂ ਕਿ ਪਿਆਰ ਕਿਸੇ ਵੀ ਉਮਰ ਛੇ ਹੋ ਸਕਦਾ ਹੈ ਕਿਸੇ ਨਾਲ ਵੀ ਹੋ ਸਕਦਾ ਹੈ ਲਾਈਕ ਔਰ ਇਹ ਬੜਾ ਕਾਮਨ ਹੋ ਗਿਆ ਹੈ ਕਿ ਅਕਸਰ ਜਿਹੜਾ ਕਿਸੇ ਹੋਰ ਦਾ ਹੋ ਚੁੱਕਾ ਹੁੰਦਾ ਨਾ ਉਹ ਵੱਧ ਪਿਆਰਾ ਲੱਗਦਾ ਹੈ ਤਾਂ ਉਸ ਉਸ ਟਾਈਮ ਦੇ ਹੁੰਦੇ ਉਸ ਫੀਲਿੰਗਸ ਹੁੰਦੇ ਬੰਦਾ ਕਿਵੇਂ ਕੰਟਰੋਲ ਕਰੇ ਦੈਨ ਇਟ ਸਾਊਂਡਸ ਸੋ ਕੋਲਡ ਮੈਨੂੰ ਇਹ ਗੱਲ ਓਨੈਸਟਲੀ ਮੈਨੂੰ ਕਦੇ ਕੋਈ ਨਹੀਂ ਮੈਂ ਲਵੀ ਦੇ ਵੀ ਫੀਲ ਨਹੀਂ ਕਰਦੀ ਨਹੀਂ ਨਹੀਂ ਇਟਸ ਨਾਟ ਦੈਟ ਮਤਲਬ ਮੇਰੇ ਕੋਈ ਕਈ ਯੂ نو ਯੰਗ ਕੁੜੀਆਂ ਹੁੰਦੀਆਂ ਨੇ ਐਂਡ ਦੇ ਸੇ ਯੂ نو ਬாய்ਫ੍ਰੈਂਡ ਛੱਡ ਕੇ ਚਲਾ ਗਿਆ ਐਂਡ ਨਾਓ ਹੀ ਇਜ਼ ਵਿਦ ਹਰ ਬਟ ਆਈ ਸਟਿਲ ਲਵ ਹਿਮ ਮੇਰਾ ਹੀ ਸਵਾਲ ਹੁੰਦਾ ਕਿ ਕਿਉਂ ਵਾਈ ਡੂ ਯੂ ਸਟਿਲ ਲਵ ਹਿਮ ਜੇ ਤੈਨੂੰ ਛੱਡ ਕੇ ਚਲਾ ਗਿਆ ਤਾਂ ਵਾਈ ਆਰ ਯੂ ਸਟਿਲ ਵੇਸਟਿੰਗ ਯੋਰ ਟਾਈਮ ਓਵਰ ਹਿਮ ਮੈਨੂੰ ਨਹੀਂ ਆਈ ਡੋਨਟ ਬਲੀਵ ਇਨ ਆਲ ਦਿਸ ਕਿਸੇ ਹੋਰ ਦਾ ਹੋ ਜੂਗਾ ਤਾਂ ਵੱਧ ਪਿਆਰਾ ਲੱਗੂਗਾ ਆਈ ਡੋਨਟ ਬਲੀਵ ਇਨ ਆਲ ਦਿਸ ਨਾਨਸੈਂਸ ਆਲ ਰਾਈਟ ਬਹੁਤ not i do men like too practical nahi okay matlab why would you love somebody jo thonu chhad ke chala jaa bilkul nahi hai practical tal bahut practical hai practical hai nonsense dari hai utter nonsense especially for young people matlab jede i matlab romeo ban ke julie ban ke beh jande kya hai mainu chhad ke chala gaya chhad ke chali gayi bhai pehla to kuch ban ta lo first pehla kuch ban lo adeshare di dukandari scl se chaldi hai tu chup kar ja

ਆ ਤੁਹਾਡੀ ਫਿਲਮ ਦੇ ਵਿੱਚ ਵੀ ਕੰਟਰਾਸਟ ਜਿਹੜਾ ਹੈਗਾ ਨਾ ਜਾਂ ਫਿਰ ਜਾਦੀ ਤੁਹਾਡੀ ਮੈਂ ਮੈਨ ਮੈਨ ਆ ਬਲੀਫ ਹੈ ਜੇ ਤੁਸੀਂ ਕਿਸੇ ਨੂੰ ਸੱਚਾ ਪਿਆਰ ਕਰਦੇ ਹੋ ਜੋ ਕਿਸੇ ਹੋਰ ਦਾ ਹੋ ਵੀ ਜਾਵੇ ਤਾਂ ਯੂ ਵੋਂਟ ਟ੍ਰਾਈ ਟੂ ਮਤਲਬ ਵਿਨ ਏਮ ਬੈਕ ਜਾਂ ਉਸ ਚੀਜ਼ ਨੂੰ ਖਰਾਬ ਕਰਨ ਦੀ ਉਹ ਰਿਲੇਸ਼ਨਸ਼ਿਪ ਵਿੱਚ ਆਉਣਾ ਜਾਂ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕਰੋਗੇ ਯੂ ਕੈਨ ਵੈਨ ਯੂ ਲਵ ਸਮਬਡੀ ਯੂ ਲਵ ਸਮਬਡੀ ਜਦੋਂ ਉਹ ਤੁਹਾਡੇ ਨਾਲ ਨਹੀਂ ਹੈਗੇ ਜਿੱਥੇ ਮਰਜ਼ੀ ਹੋਣ ਮਤਲਬ ਮੈਰੀ ਟੂ ਸਮਬਡੀ ਐਲਸ ਚਿਲड्रन ਲਵ ਇਜ਼ ਲਵ ਦੈਟਸ ਲਵ ਦੈਟਸ ਰੀਅਲ ਲਵ

ਜ਼ਿੰਦਗੀ ਛੱਡ ਦਿੰਦੇ ਆ ਐਂਡ ਯੂ نو ਐਂਡ ਦੈਟਸ ਇਟ ਉਹ ਯਾ ਉਹ ਸੈਬਟੋਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਕਿਸੇ ਹੋਰ ਦੀ ਰਿਲੇਸ਼ਨਸ਼ਿਪ ਨੂੰ ਜੋ ਆਪਾਂ ਡੇਲੀ ਸੋਚ ਦੇਖੀਏ ਇਫ ਹਾਂ ਕਿਸੇ ਨਹੀਂ ਹੋਇਆ ਮੇਰਾ ਸਤਾਜ ਵੀ ਦੈਟਸ ਸੋ ਐਮ ਡੀ ਨਹੀਂ 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 ਇਦਾਂ ਨਾ ਕਹੋ ਉਹ ਉਹਨਾਂ ਜਿੰਨਾ ਕੋਹਦਾ ਨੇ ਉਹਨੂੰ ਕਰ ਦਿੱਤਾ ਬੈਲੈਂਸ ਹਾਂ ਨਹੀਂ ਬਟ ਫਿਰ ਵੀ ਲਾਈਕ ਕਹਿੰਦੇ ਨਾ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਤਾਂ ਬਹੁਤ ਜ਼ਿਆਦਾ ਹਾਂ ਜੀ ਮੈਂ ਤੁਮ ਅੱਜ ਵੀ ਉਹਦੇ ਨਾਲ ਪਿਆਰ ਹੈ ਤਾਂ ਮੈਨੂੰ ਪਿਆਰ ਹੀ ਉਹਦੇ ਨਾਲ ਹੋਇਆ ਜਿਹੜਾ ਕਿਸੇ ਹੋਰ ਦਾ ਹੋ ਚੁੱਕਾ ਨਹੀਂ ਨਹੀਂ ਮੈਂ ਚਲੋ ਥੋੜਾ ਜਿਹਾ ਆਪਾਂ ਇਹਨੂੰ ਪ੍ਰੈਕਟੀਕਲ ਹੋ ਕੇ ਵੀ ਲੈਣੇ ਆ ਜਿਸ ਪੋਜੀਸ਼ਨ ਤੇ ਹੈ ਗਿਆ ਇਫ ਯੂ ਹੌਲੀ ਹੌਲੀ ਪ੍ਰੈਕਟੀਕਲ ਹੋਏ ਹੋਣੇ ਆ ਜ਼ਿੰਦਗੀ ਦੀਆਂ ਤਲਖੀਆਂ ਤੋਂ ਪਤਾ ਨਹੀਂ ਕਿੰਨਾ ਕੁਝ ਦੇਖ ਕੇ ਕਿੱਥੋਂ ਲੰਘ ਕੇ ਇੰਡਸਟਰੀ ਦੇਸ ਐਂਡ दैट ਇਨੀਸ਼ਲ ਸਟੇਜ ਅਡੋਲਸੈਂਸ ਏਜ ਦੀ ਆਬਵੀਅਸਲੀ ਬੰਦਾ ਉਦਾਂ ਨਹੀਂ ਸੋਚਦਾ ਜਿੱਦਾਂ ਹੁਣੇ ਸੋਚ ਸਕਦੇ ਆ ਸੋ ਤੁਸੀਂ ਹੁਣ ਜੇ ਰਿਅਲਾਈਜ਼ ਕਰੋਗੇ ਕਿ ਯਾਰ ਕਿ ਏਜ ਏਜ ਚ ਜਦੋਂ ਬੰਦੇ ਨੂੰ ਕਿਸੇ ਨੂੰ ਪਹਿਲੀ ਮੁਹੱਬਤ ਹੁੰਦੀ ਆ ਤੇ ਉਹ ਫਨਾ ਹੋਣ ਵਾਲੀ ਹੀ ਹੁੰਦੀ ਆ ਤੁਸੀਂ ਉਹਨੂੰ ਜੀ ਡਿਕਟੇਟ ਕਰਕੇ ਕਿਸੇ ਪਾਸੇ ਕਰਨ ਲਾਓਗੇ ਠੀਕ ਹੈ ਜੇਕਰ ਤੁਸੀਂ ਉਹਦੇ ਫਾਦਰ ਮਦਰੋਂ ਜਾਂ ਵੱਡੇ ਭਰਾਵਾਂ ਜਾਂ ਕੁਝ ਹੋ ਤੁਸੀਂ ਸਮਝਾ ਲਉਗੇ ਤੁਹਾਡੇ ਕਹੇ ਤੇ ਚਲੇ ਵੀ ਜਾਊਗਾ ਪਰ ਜਿਹੜਾ ਉਹਦਾ ਇਨਰ ਪਰਫਾਉਂਡ ਇੰਟੈਂਸ ਇਮੋਸ਼ਨ ਆਫ ਅਫੈਕਸ਼ਨ অর ਲਵ ਉਹ ਇੰਨੀ ਛੇਤੀ ਮਤਲਬ ਕਿ ਡ੍ਰੌਪ ਨਹੀਂ ਹੁੰਦਾ ਉਹਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ ਜਦੋਂ ਉਹ ਇਨਸੀਡੈਂਟ ਥੋੜਾ ਜਿਹਾ ਫੇਡ ਹੋ ਜਾਊਗਾ ਉਹਨੂੰ ਕੋਈ ਹੋਰ ਚੀਜ਼ ਚੰਗੀ ਲੱਗਣ ਲੱਗ ਜੂਗੀ ਚਾਹੇ ਉਹਦਾ ਕਾਰੋਬਾਰ ਹੋਵੇ ਚਾਹੇ ਉਹਦਾ ਪੈਸ਼ਨ ਹੋਵੇ ਪੇਂਟਿੰਗ ਹੋਵੇ ਸਿੰਗਿੰਗ ਹੋਵੇ ਵਟ ਏਵਰ ਹਰ ਜਨਰਲੀ ਕੀ ਹੁੰਦਾ ਜ਼ਿਆਦਾਤਰ ਜਿਹੜੀ ਇਹ ਡਰਾਈਵਿੰਗ ਫੋਰਸ ਆ ਜਿਹੜਾ ਲਵ ਆ ਮੈਂ ਤਾਂ ਕਹਿੰਦਾ ਰੌਣਕ ਆ ਜ਼ਿੰਦਗੀ ਦੀ ਤੁਹਾਡੀਆਂ ਚੇਤਿਆਂ ਦੀ ਤੁਹਾਡੇ ਖਿਆਲਾਂ ਦੀ ਕਿਸੇ ਵੀ ਸੈਂਸ ਚ ਹੋ ਸਕਦੀ ਆ ਹੁਣ ਭੁੱਲਿਏ ਕਿਵੇਂ ਕਹਿ ਲੋ ਚਾਹੇ ਮਹਿਬੂਬ ਜੀ ਕਹਿ ਲੋ ਚਾਹੇ ਫੁੱਲ ਤੇ ਖੁਸ਼ਬੂ ਕਹਿ ਲੋ ਚਾਹੇ ਵਾਟੇਵਰ ਜਿਹੜਾ ਵੀ ਤੁਸੀਂ ਸੌਂਗ ਲਾਉਂਗੇ ਉਹ ਕਿਤੇ ਨਾ ਕਿਤੇ ਤੁਹਾਨੂੰ ਕੁਝ ਦੇ ਕੇ ਜਾਂਦਾ ਜੇ ਤੁਸੀਂ ਆਰਟਿਸਟ ਹੋ ਜਿੱਦਾਂ ਨਹੀਂ ਕਹਿੰਦੇ ਹੁੰਦੇ ਇਹਨਾਂ ਦਾ ਡਾਇਲੋਗ ਆ ਦੇ ਵਿੱਚ ਚੰਗਾ ਹੋਵੇ ਜੇ ਉਹ ਅੱਖਰਾਂ ਦਾ ਸਾਹਜ ਪਾਲ ਵੀ ਤੇ ਸ਼ਾਇਰ ਹੋ ਜੀਵੇ ਨਹੀਂ ਤੇ ਭਟਕਦਾ ਰਹਿ ਗਿਆ ਤੇ ਕੁਛ ਨਹੀਂ ਇਟ ਮੀਨਸ ਕਿ ਉਹ ਇਗਨੀਸ਼ਨ ਤਾਂ ਦਿੱਤੀ ਹੋਈ ਆ ਉਹਨੂੰ ਕਿਤੇ ਨਾ ਕਿਤੇ ਪਾਥ ਮਿਲ ਜਾਊਗਾ ਜਿਵੇਂ ਜੇ ਸਟੀਵ ਜੌਬਨ ਵੀ ਹੋ ਸਕਦਾ ਕਿਤੇ ਉਹ ਇਗਨੀਸ਼ਨ ਮਿਲੀ ਹੋਣੀ ਆ ਤੇ ਉਹ ਕਿੱਥੇ ਉਹਦੀ ਜ਼ਿੰਦਗੀ ਦੀ ਡਰਾਈਵਿੰਗ ਫੋਰਸ ਹੋਗੀ ਕਿਸੇ ਵੀ ਵੱਡੇ ਬੰਦੇ ਦੀ ਇਹ ਹੋ ਸਕਦੀ ਹੈ ਹੋਣੀ ਚਾਹੀਦੀ ਹੈ ਮੈਨੂੰ ਲੱਗਦਾ ਕਿ ਮੁਹੱਬਤ ਜਿੰਨਾ ਪਰਫਾਉਂਡ ਅ ਇੱਕ ਇਸ ਤੋਂ ਵੱਡਾ ਰਿਲੇਸ਼ਨ ਇੱਕ ਮਾਪਿਆਂ ਦਾ ਹੀ ਹੈ ਮੇਰੇ ਖਿਆਲ 'ਚ ਉਸ ਤੋਂ ਵੱਡਾ ਮੇਰੇ ਖਿਆਲ 'ਚ ਕੋਈ ਰਿਲੇਸ਼ਨ ਨਹੀਂ ਹੈ ਉਸ ਤੋਂ ਬਾਅਦ ਇਹੀ ਇੱਕ ਰਿਲੇਸ਼ਨ ਹੈ ਜਿਹੜਾ ਕਿ ਤੁਹਾਨੂੰ ਬਹੁਤ ਹੀ ਜ਼ਿਆਦਾ ਸਟ੍ਰੋਕ ਕਰਦਾ intensely in a positive or negative whatever you <laughs> think <laughs> like a shayar di shayari di jada pa gal karde na recitation jehda hunda hai oh bahut vadda point ho janda hai hai na ki kai wari kehne na bahut sare log ne jehde likhde bahut changa ne but oh nu keh nahi pande apne jazbaata nu oh keh nahi pande ਮੈਂ ਉਹ ਟਾਈਮ ਜਨਣਾ ਚਾਹਾਂਗਾ ਕਿ ਲਾਈਕ ਤੁਹਾਡੇ ਵਿੱਚ ਸ਼ਾਇਰੂ ਸ਼ਾਇਰੀ ਵੀ ਹੁੰਦੀ ਦੇਖਾਂਗੇ ਅਸੀਂ ਤੇ ਇੱਕ ਦੂਜੇ ਨੂੰ ਸ਼ਾਇਰੇ ਸ਼ਾਇਰੀ ਦੇ ਨਾਲ ਗੱਲਾਂ ਸਮਝਾਉਂਦੇ ਹੋਏ ਦੇਖਾਂਗੇ ਅਸੀਂ ਤੁਹਾਨੂੰ 18 April ਨੂੰ ਦੇਖੋਗੇ ਕੀ ਹੋਏਗਾ ਇਹ ਹਾਂ ਫਿਲਮ ਚ ਉਹੀ ਪੁੱਛ ਰਹੇ ਹਾਂ ਹਾਂ ਮੱਚ ਕੇ ਦੇਸੀ ਆ ਡੋਨਟ ਨੋ ਯੂ ਆ ਡੀਪਰੇਸਰ ਯਾ ਯੂ ਦਾ ਹੀਰੋ ਮੈਂ ਤਾਂ ਕਹਿਣ ਲੱਗਾ ਸੀ ਕੁਝ ਇਹ ਤਾਂ ਫਿਰ ਤੁਸੀਂ ਫਿਲਮ ਦਾ ਹੀ ਸਭ ਕੁਝ ਕਲਾਈਮੈਕਸ ਦੱਸ ਰਹੇ ਆ ਵੀ ਤੇ ਉਹ ਫਿਲਮ ਵਿੱਚ ਮੈਂ ਬਟ ਵੇ ਜਾਨਣਾ ਚਾਹਣਾ ਕਿ ਉਹ ਅਸੀਂ ਇਹ ਚੀਜ਼ ਦੇਖ ਪਾਵਾਂਗੇ ਕਿ ਇਹਨੇ ਨਾ ਇੱਕ ਕਹਿੰਦੇ ਨਾ ਵੇ ਸਜਣਾ ਤੇ ਨੂੰ ਆ ਹੋ ਗਿਆ ਫਿਰ ਉਹ ਅਗੋਂ ਆ ਜਵਾਬ ਦਿੰਦਾ ਉਸ ਟਾਈਪ ਦੀ ਜਵਾਬ ਤਲਵੀ ਜਿਹੜੀ ਹੁੰਦੀ ਹੈ ਉਹ ਹੋਊਗੀ ਆ ਨਹੀਂ ਉਦਾਂ ਤਾਂ ਨਹੀਂ ਲੱਗਦਾ ਮੈਂ ਕੋਈ ਐਸੀ ਚੀਜ਼ ਛੇੜ ਦਿੱਤੀ ਜਿਹਦੇ ਨਾਲ ਗੱਲ ਨਹੀਂ ਮੈਂ ਕਿਉਂਕਿ ਇਦਰ ਸਟੋਰੀ ਆ ਉਹਦਾ ਨਹੀਂ ਹੈਗਾ ਜਿੱਦਾਂ ਤੁਸੀਂ ਨਹੀਂ ਕਹਿੰਦੇ ਕਿ ਅੱਛਾ ਇਧਰ ਤਕੀਰ ਲਾ ਕੇ ਇੱਕ ਵੌਇਸ ਸਰਕਟ ਬੈਠਾ ਕਿ ਨਹੀਂ ਨਹੀਂ ਮੈਂ ਉਹ ਨਹੀਂ ਚਾ ਰਿਹਾ ਕਿ ਉਹਨੇ ਆ ਕੇ ਕੋਈ ਗੱਲ ਕਹੀ ਉਹਦਾ ਜਵਾਬ ਵੀ ਸ਼ਾਇਰੀ ਚ ਆਇਆ ਨਹੀਂ ਇਦਾਂ ਨਹੀਂ ਹੈਗਾ ਇਹ ਮਤਲਬ ਮੈਂ ਵੀ ਬੜਾ ਹੈਰਾਨ ਸੀਗਾ ਜਦੋਂ ਮਤਲਬ ਕਿ ਕਿਸੇ ਪੁਆਇੰਟ ਤੇ ਤੁਸੀਂ ਕੋਈ ਵੀ ਬੰਦਾ ਮੈਂ ਤੁਹਾਨੂੰ ਅੱਜ ਪੁੱਛਾ ਨਾ ਜਿਵੇਂ ਟ੍ਰੇਨਰ ਵੀ ਐਲੀਮੀਨੇਟ ਕਰ ਦਿਓ ਆਪਣੇ ਬ੍ਰੇਨ ਚੋਂ ਪੁੱਛਾ ਸ਼ਾਇਦ ਕਿ ਕਿੱਦਾਂ ਦੀ ਫਿਲਮ ਹੋ ਗਈ ਤੁਸੀਂ ਕਹਣਾ ਦੇਵਦਾਸ ਟਾਈਪ ਹਾਂ ਠੀਕ ਹੈ ਜੀ ਚਿਲਨ ਜਲ ਰਹੇ ਹਨ ਹਾਂ ਚਿਰਾਗ ਜਲ ਰਹੇ ਹਨ ਐਸੇ ਬੈਠੇ ਮਤਲਬ ਦੇ ਇਸ 360 ਆਫ ਥੈਟ ਮਤਲਬ ਇੰਨੀ ਰੌ ਇੰਨੀ ਰਸਟਿਕ ਹਮ ਇਨੀ ਕਮਿਊਨੀਕੇਟਿਵ ਹਮ ਇਨੀ ਕੋਰਿਲੇਟਿਵ ਟੂ आवर ਸਟੇਟ ਪਰ ਤੁਸੀਂ ਪਰ ਤੁਸੀਂ ਟੀਜ਼ਰ ਦੇਖ ਕੇ ਇਹ ਤਾਂ ਸਮਝ ਲਿਆ ਹੋਣਾ ਕਿ ਸਰਤਾਜ ਜੀ ਇਸ ਕੈਰੈਕਟਰ ਇਜ਼ ਅ ਕਿਸਾਨ ਐ ਜਸਟ ਲਾਈਕ ਅ ਵੈਰੀ ਯੂ نو ਨੋਰਮਲ ਪਰਸਨ ਤੁਸੀਂ ਹੁਣ ਪਹਿਲਾਂ ਸੋਚੋ ਕਿ ਸ਼ਾਇਰ ਕੋਈ ਬੰਦਾ ਪਹਿਲਾਂ ਕਿਸਾਨੀ ਕਿੱਥੋਂ ਦਿਖਾਊਗਾ ਸ਼ਾਇਦ ਫਿਲਮ ਹੋਵੇ ਕਿ ਕਿਸਾਨੀ ਤੋਂ ਉਹ ਹਾਂ ਕਿਉਂ ਸ਼ਾਇਰ ਕਿਵੇਂ ਬਣਦਾ ਹੈ ਹਾਂ ਉਹ ਚੀਜ਼ ਹੈ ਉਹ ਟ੍ਰੇਲਰ

ਲਿਖ ਕੇ ਦਿੱਤੀ ਹੁਣ ਲਾਈਨਰ ਐਂਡ ਹੀ ਵਿਲਡ ਆਈ ਵਿਲਡ ਰੈਸਾਈਟ ਇਟ ਵਿਦ ਹਿਮ ਕਿ ਕਿਵੇਂ ਬੋਲਣਾ ਹੈ ਤੇ ਇਨ ਵਟ ਰਿਦਮ ਵਟ ਫਲੋ ਸੋ ਹੀ ਹੈਲਪਡ ਮੀ ਇਮੈਂਸਲੀ ਇਨ ਦ ਫਿਲਮ ਜਿੰਨੀ ਵੀ ਮੈਂ ਸ਼ਾਇਰੀ ਮਤਲਬ ਬੋਲੀ ਆ ਫਿਲਮ ਚ ਨਾ ਨਹੀਂ ਲਿਖ ਕੇ ਦਿੱਤੀ ਹੈ ਤੇ ਜਦੋਂ ਆ ਰਿਹਾ ਸੀਗਾ ਜਾਂ ਸੀ ਸੀ ਕਿ ਉਹ ਔਖਾ ਸੀਗਾ ਜਾਂ ਪਹਿਲਾਂ ਮੈਂ ਪੜ੍ਹਦੀ ਸੀ ਉਹ ਸਾਈਟ ਓ ਕਿਉਂਕਿ ਆਮ ਨਾਟ ਯੂਸਡ ਟੂ ਸਪੀਕਿੰਗ ਲਾਈਕ ਦੈਟ ਹਨਾ ਸੋ ਮੇਰੇ ਲਈ ਚੈਲੈਂਜਿੰਗ ਸੀਗਾ ਆਫ ਕੋਰਸ ਸੋ ਪਹਿਲਾਂ ਮੈਂ ਕਹਿੰਦੀ ਸੀ ਹਾਂ ਓਕੇ ਅਸੀਂ ਸਾਈਡ ਤੇ ਬਹਿ ਜਾਂਦੇ ਸੀ ਐਂਡ ਦੈਨ ਆਈ ਵੁੱਡ ਰਿਸਾਈਟ ਇਟ ਅਮ ਫਿਰ ਹੀ ਵੁੱਡ ਟੈਲ ਮੀ ਦ ਰਿਦਮ ਆਫ ਇਟ ਕਿਉਂਕਿ ਫਿਰ ਮਤਲਬ ਇਟਸ ਲਾਈਕ ਇਫ ਯੂ ਨਾਟ ਕੰਫਰਟੇਬਲ ਫਿਰ ਉਹ ਪਰਫਾਰਮੈਂਸ ਵੀ ਨਹੀਂ ਆਉਣੀ ਐਂਡ ਇਟਸ ਨਾਟ ਮਾਈ ਯੂਜੂਅਲ ਲੈਂਗੁਏਜ ਜੋ ਮੈਂ ਬੋਲਦੀ ਹਾਂ ਸੋ ਮੇਰੇ ਲਈ ਮੇਰੇ ਲਈ ਚੈਲੈਂਜਿੰਗ ਸੀ reciting poetry ਤੇ ਮੇਰੇ ਖਿਆਲ ਨਾਲ ਸ਼ਾਇਰੀ ਦੀ ਪੂਰੀ ਕਮਾਨ ਤੁਹਾਨੂੰ ਦਿੱਤੀ ਗਈ ਹੋਵੇਗੀ ਹੈਨਾ ਕਿ ਕੀ ਡਿਜ਼ਾਈਨ ਕਰਨਾ ਹੈ 뮤ਜ਼ਿਕ ਤੋਂ ਲੈ ਕੇ ਹਰ ਚੀਜ਼ ਮੇਰੇ ਖਿਆਲ ਨਾਲ ਔਰ ਪੂਰੀ ਫਿਲਮ ਬੁਣੀ ਹੀ ਉਸਦੇ ਉੱਤੇ ਗਈ ਹੋਵੇਗੀ ਹੈਨਾ ਜਰ ਇੱਕ ਕੰਟੀਨਿਊਸ਼ਨ ਸ਼ਾਇਰੀ ਜਿਹੜੀ ਹੁੰਦੀ ਹੈ ਇੱਕ ਹੁੰਦੀ ਹੈ ਕਿ ਆਪਾਂ ਸਿੱਧੇ ਸਿੱਧੇ ਦੇ emotions ਚੱਕ ਕੇ ਲਿਖਦੇ ਲੇਕਿਨ ਜਦ ਆਪਾਂ ਇੱਕ ਰਿਦਮ ਦੇ ਵਿੱਚ ਲੈ ਕੇ ਜਾਣਾ ਹੈ ਤੇ ਉਸਦੇ ਵਿੱਚ ਚੀਜ਼ਾਂ ਨੂੰ ਬੁਣਨਾ ਹੈ ਇਹਨੂੰ ਇੱਕ ਅਲੱਗ ਤੋਂ ਮੈਨਾਂ ਰਾਈਟਰ ਨੇ ਤਾਂ ਫਿਲਮ ਲਿਖਤੀ ਹੋएगी ਇਹ ਤੁਹਾਡਾ ਮਿਹਨਤ ਕੀ ਸੀ ਕਿਵੇਂ ਦੀ ਰਹੀ ਇਹ ਇਹ ਦੱਸੋ ਮੈਨੂੰ ਜਦੋਂ ਇਹਨੇ ਕਿਹਾ ਕਿ ਮੈਨੂੰ ਸੀਨ ਤੋਂ 5 ਮਿੰਟ ਪਹਿਲਾਂ ਜਾਂ 2 ਮਿੰਟ ਪਹਿਲਾਂ ਦੱਸਦੇ ਸੀ ਭਾਜੀ ਆ ਮੈਡਮ ਉਹਨਾਂ ਦਾ ਇੱਕ ਸੀਨ ਹੈ ਉਹਦੇ ਵਿੱਚ ਇੰਦਾ ਦੀ ਪੋਇਟਰੀ ਲਿਖ ਦੋ ਅੱਛਾ 5 ਮਿੰਟ ਬਿਫੋਰ ਦੀ ਸੀਨ ਐਕਸ਼ਨ ਤੋਂ ਪਹਿਲਾਂ ਇੱਕ ਤਾਂ ਉਹਦੇ ਵਿੱਚ ਮੇਰਾ ਵੀ ਕੈਰੈਕਟਰ ਹੈ ਸੀਨ 'ਚ ਇੱਕ ਤਾਂ ਮੈਂ ਆਪਣਾ ਡਾਇਲੋਗ ਦੇਖਣੇ ਕੀ ਦੇਖਣਾ ਫਿਰ ਸਾਰਾ ਕੁਝ ਛੱਡ ਕੇ ਪਹਿਲਾਂ ਮੈਂ ਉਹ ਪੋਇਟਰੀ ਲਿਖਣੀ ਫਿਰ ਉਹਨੇ ਕਿਹਾ ਨਹੀਂ ਨਹੀਂ ਇਹ ਮੂਸ਼ਨ ਨਹੀਂ ਹਲੇ ਚਾਹੀਦਾ ਅੱਛਾ ਇੰਦਾ ਚਾਹੀਦਾ ਉਹਨਾਂ ਨੇ ਦੇਖਣੀ ਹੈ ਚੁੱਪ ਕੇ ਦੇਖਣਾ 100% 100% ਹਾਂ ਹਾਂ ਦਿਸ ਇਜ਼ ði ਟਰਥ ਤੇ अच्छा ए नहीं ए नहीं फिर चार पांच ਉਹਦੇ ਡਰਾਫਟ ਵਰਨੇ ਫਿਰ ਨਿਰੂਪ ਨਿਰੂਪ ਜਿਹੜਾ ਇਹ ਉਹ ਅਕਲ ਲੱਗ ਰਿਹਾ ਜਦੋਂ ਨਹੀਂ ਨਹੀਂ ਜਦੋਂ ਉਹ ਫਾਈਨਲ ਚੇਂਜ ਨਹੀਂ ਕੀਤਾ ਨਹੀਂ ਨਹੀਂ ਜਦੋਂ ਉਹ ਫਾਈਨਲ ਹੋ ਜਾਣਾ ਫਿਰ ਮੇਰੀ ਇਹ ਜੌਬ ਹੋਣੀ ਕਿ ਮੈਂ ਇਹਨਾਂ ਨੂੰ ਜਾ ਕੇ ਸਮਝਾਵਾਂ ਇਹ ਇਹ ਲਫ਼ਜ਼ਾ ਇਹ ਬਹਿਰ ਹੈ ਇਹ ਰਵਾਨੀ ਹੈ ਇਸ ਫਲੋ ਦੇ ਵਿੱਚ ਤੁਸੀਂ ਇਸ इमोਸ਼ਨ ਨਾਲ ਬੋਲ ਦੇਣਾ ਫਿਰ ਉਹ ਸਾਰਾ ਕੁਝ ਸੈੱਟ ਕਰਾ ਕੇ ਫਿਰ ਮੈਂ ਆਪਣੇ ਕੈਰੈਕਟਰ ਆਹ ਚੀਜ਼ ਤੋਂ ਮੈ ਲੱਗੀ ਕਿ ਔਰ ਨਿਰੂਪ 5 ਮਿੰਟ ਦੇ ਵਿੱਚ ਉਹਨਾਂ ਨੇ ਲਿਖਣਾ ਸਭ ਤੋਂ ਪਹਿਲਾ ਟਾਸਕ ਉਸ ਤੋਂ ਬਾਅਦ ਉਹਨੂੰ ਅੰਡਰਸਟੈਂਡ ਕਰਕੇ ਰਿਸਾਈਟ ਕਰਨਾ ਤੋ ਤੁਹਾਡੇ ਨਾਲ ਹੋਇਆ ਕਿ ਆ ਲਿਆ ਕਰਦੇ ਕਿ ਆਪ ਬੋਲੋ ਜਾ ਕੇ ਇਹ ਤਾਂ ਇਹਨਾਂ ਕੋਲ ਤਾਂ ਇੱਕ ਹੋਰ ਵੀ ਹਥਿਆਰ ਹੈ ਗੁੱਸੇ ਵੀ ਹੋ ਸਕਦੇ ਆ ਕਿ ਅੱਛਾ ਮੈਂ ਨਹੀਂ ਕਰਨਾ ਇਹ ਨਹੀਂ ਤੇਰੀ ਇਹ ਦੇ ਆ ਸਾਡੇ ਕੋਲ ਤਾਂ ਉਹ ਵੀ ਗੁੱਸੇ ਹੁੰਦੇ ਨੇ ਨਹੀਂ ਮੇਰੇ ਨਾਲ ਨਹੀਂ ਉਹਨਾਂ ਨਾਲ ਮੀਰੂ ਬਾਜਾ ਸੈਟ ਤੇ ਕਿੰਨੀ ਵਾਰੀ ਗੁੱਸਾ ਹੁੰਦਾ ਸੀ ਦੇ ਸਿਨੀ ਸੀ ਇਹ ਦੋਨਾਂ ਦੇ ਵੀ ਕੁਡਨਟ ਗੈਟ ਅਬਸਰਟ ਚਲੋ ਕਰ ਲੈਣੇ ਮੈਂ ਸੁਣ ਰਿਹਾ ਮੈਨੂੰ ਵੀ ਅੰਡਰਸਟੈਂਡ ਹੁੰਦਾ ਸੀਗਾ ਕਿ ਯਾਰ ਕਿ ਉਹਦਾ ਦੀ ਹਨਾ ਬੇਸਿਕਲੀ ਇਹ ਕਹ ਲਓ ਕਿ ਫਰਸਟ ਲੈਂਗੁਏਜ ਵੈਸੇ ਹੈਗੀ ਹੈ ਤੁਹਾਡੀ ਪਰ ਸ਼ਾਇਦ ਨਹੀਂ ਵੀ ਹੈਗੀ ਹਾਂ ਫਾਰ ਦਿਸ ਲਿਟਰੇਰੀ ਪਰਸਪੈਕਟਿਵ ਨਹੀਂ ਹੈਗੀ ਤੇ ਮੈਨੂੰ ਪਤਾ ਸੀਗਾ ਕਿ ਇੰਨੀ ਛੇਤੀ ਫਰਜ਼ ਕਰੋ ਮੈਨੂੰ ਕੋਈ ਚਾਈਨੀਜ਼ ਜਾਂ ਇਦਾਂ ਦੀ ਕੋਈ ਚੀਜ਼ ਦੇ ਦੋ ਤੁਸੀਂ ਕੋਈ 4 ਮਿੰਟ ਦੇ ਵਿੱਚ ਬੋਲਣੀ ਹੈ ਤੇ ਔਖਾ ਹੁੰਦਾ ਤੇ ਮੇਰੀ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਹੁੰਦੀ ਸੀਗੀ ਕਿ ਜਿੰਨਾ ਜ਼ਿਆਦਾ ਹੁਣ ਬੈਲੈਂਸ ਹੋ ਜਾਏਗਾ ਡਬਿੰਗ ਚ ਉਹਨਾਂ ਜ਼ਿਆਦਾ ਬੈਟਰ ਹੋ ਜਾਏਗਾ ਸੋ ਆਈ ਪੁੱਟ 100% ਐਫਰਟ ਔਨ ਬਿਹਾਫ ਆਫ ਮਾਈ ਓਨ ਸੈਲਫ ਕਿ ਵਾਟ ਐਵਰ could be ha so je meri performance achi hai ta nahi nahi mera only <correct laughs> only for the only for the positive version <laughs> I'm joking I'm joking ke <laughs> <laughs> jinna ho sakda nahi nee, but uh, kuch scenes ne jidda assi dekhte hai gaane achhe dekhte hai na especially niru uh, kitna kide mastery kar li hai camera nu no dekh ke apni gal kehne di bina bole i don't know ke mastery kar riya kar liya but i'm just main camera de samne bahut comfortable hun एंड आई कैन इमोट टू अ कैमरा बैटर दैन अ परसन कई बार मेन लगता है कि इट्स ओके समटाइम्स थोड़ू मतलब ऑल रिसपैक्टिव कदी कभी ए हों कि जो थोड़ा कोएक्टर है कहीं कभी मिलता नहीं यू नो लाइक आम योर कनैक्शन ओ योर वाइब एंड वर यू कैन प्ले ऑफ कभी कभी मैं ऐ लगता कि मैं कैमरा के सामने मैं आप ही आपका सब कुछ कर दूंगी एन एमोखे बट आम ਆਈ ਲਵ ਦ ਕੈਮਰਾ ਆਮ ਇਨ ਲਵ ਵਿਦ ਦ ਕੈਮਰਾ ਹਮ ਕੀ ਬਾਤ ਹੈ ਇੱਕ ਚੀਜ਼ ਲਾਈਕ ਦੋਹਾਂ ਦੀ ਜਿਹੜੀ ਸੀਗੀ ਫਸਟ ਟਾਈਮ ਦਾ ਤੁਹਾਡੀ ਫਿਲਮ ਆ ਰਹੀ ਸੀ ਹੈ ਨਾ ਉਸ ਤੋਂ ਲੈ ਕੇ ਹੁਣ ਤੱਕ ਤੁਹਾਡੀ ਪਰਸਨਲ ਕੈਮਿਸਟਰੀ ਵੀ ਬਹੁਤ ਬਦਲੀ ਹੈ ਨਾ ਇੱਕ ਕੰਫਰਟ ਆਇਆ ਹੋਏਗਾ ਹੈ ਨਾ ਸੋ ਪਰਫਾਰਮੈਂਸ ਈਜ਼ੀ ਹੋ ਗਈ ਸੀ ਜਾਂ ਤੁਹਾਨੂੰ ਲੱਗਦਾ ਕਿ ਹੁਣ ਤੁਹਾਡੀ ਕੈਮਿਸਟਰੀ ਕਿਤਨੇ ਕਿਤੇ ਕਿਉਂਕਿ ਨਾ ਇਨਸਟੈਂਟ ਨੋ ਕਿਉਂਕਿ ਮੈਂ ਸਰਤਾਜ ਵੀਰ ਨੇ ਗੱਲ ਕਹੀ ਸੀ ਲੋਕਾਂ ਨੇ ਸੈਕਿੰਡ ਹਾਫ ਦੀ ਬਹੁਤ ਤਾਰੀਫ ਕੀਤੀ ਕਲੀ ਜੋਟਾ ਦੀ ਮੈਨੂੰ ਫਸਟ ਹਾਫ ਦੇ ਵਿੱਚ ਤੁਹਾਡੀ ਜਿਹੜੀ ਕੈਮਿਸਟਰੀ दिखी ਸੀ ਨਾ ਕਿੰਨੇ ਨੇ ਨਾ ਉਹ ਦੂਰ ਰਹਿ ਕੇ ਵੀ ਕੰਫਰਟੇਬਲ ਹੋਣ ਦੀ ਕੈਮਿਸਟਰੀ ਉਹ ਬਹੁਤ ਸ਼ਾਨਦਾਰ ਸੀਗੀ ਹੈ ਨਾ ਆਈ ਡੋਟ ਨੋ ਸਟੇ ਕੈਮਿਸਟਰੀ ਇਨਸਟੈਂਟ ਸੀਗੀ ਜਦੋਂ ਅਸੀਂ ਪਹਿਲੀ ਵਾਰ ਮਿਲੇ ਵੀ ਪਹਿਲਾ ਜਦੋਂ ਮੈਂ ਮਿਲਣ ਜਾ ਰਹੀ ਸੀ ਇਹਨਾਂ ਨੂੰ ਆਈ ਵਾਸ ਲਿਟਲ ਨਰਵਸ ਕਿਉਂਕਿ ਕਿ ਮੈਂ ਝੁੰਦੀ ਆ ਨਾ ਸਤਿੰਦਰ ਸਰਤਾਜ ਸੋ ਆਈ ਵਾਸ ਕੁਆਇਟ ਨਰਵਸ ਟੂ ਮੀਟ ਸੀ um ਮੈਂ ਗਈ ਸੈਟਡਾਊਨ ਬਟ ਦੈਨ ਵੀ ਜਸਟ ਕਲਿੱਕਡ ਐਂਡ ਅਮ ਹਾਂ ਪਹਿਲੇ ਦਿਨ ਤੋਂ ਆਈ ਥਿੰਕ ਇਟ ਵਾਸ ਸਰਤਾਜ ਜੀ ਤੋਂ ਯਾਦਗਾਰ ਮੋਮੈਂਟ ਜਦ ਆਈਸ ਬ੍ਰੇਕ ਹੋਈ ਜਾਂ ਨਿਰੂ ਬਾਗ ਹੋ ਗਿਆ ਹੁਣ ਬੋਲੋ ਤੁਸੀਂ ਉਹ ਤਾਂ ਤਾਂ ਨਹੀਂ ਹੋਈ ਹੁਣ ਬੋਲੋ ਤਾਂ ਇਹ ਹੁਣ ਵੀ ਨਹੀਂ ਕਰਦੇ ਥੋੜਾ ਜਿਹਾ ਮੈਂ ਤਾਂ ਕਹਿਆ ਯਾਰ ਕਿ ਤੁਸੀਂ ਜੀ ਭਾਵੇਂ ਕੱਟ ਸਕਦੇ ਹੋ ਕੋਈ ਨਹੀਂ ਤੁਸੀਂ ਕਹਿੰਨੋ ਹੈਲੋ ਐਕਟਰ ਡੂ ਯਰ ਜੋਬ ਹਾ ਬਟ ਐਨੀਵੇ ਥੈਂਕ ਯੂ ਵੈਰੀ ਮਚ ਫਾਰ ਥਿਸ ਲਵ ਐਂਡ ਅਫੈਕਸ਼ਨ ਐਂਡ ਰਿਸਪੈਕਟ ਪਰਟੀਕੁਲਰਲੀ ਪਟਿਆਲੇ ਮੈਨੂੰ ਲੱਗਦਾ ਆ ਪਹਿਲੀ ਵਾਰੀ ਉਦੋਂ ਹੋਏ ਸੀ ਕਿ ਕਹਿੰਦੇ ਮੈਂ ਸਪੈਸ਼ਲਿਸਟ ਚਿੱਟਾ ਰੰਗ ਦਾ ਸੂਟ ਲੈ ਕੇ ਆਏ ਸੀ ਮੈਂ ਫੈਰਬੰディア ਗਈ ਸੀ ਮੈਂ ਕਿਹਾ ਚਲੋ ਸਤ ਸਤਨਦੇ ਸਤਾਜ ਨੂੰ ਮਿਲਣਾ ਹੈ ਲੱਗੀ ਐ ਇਲੈਗੈਂਟ ਐਡਜੂਕੇਟਿਡ ਟਾਈਪ ਗੱਲਾਂ ਵੀ ਮੈਂ ਕਿਹਾ ਤੂੰ ਨਾਮ ਤੋਲ ਕੇ ਬੋਲਨੀ ਉਹ ਚੁੱਚੀ ਆਸਾਨੀ ਬੜਾ ਮਤਲਬ ਹੁਣ ਉੱਚੀ ਦੀ ਅਸਲੀ ਦਾ ਮਤਲਬ ਕੇ एवरीथिंग ਇਜ਼ ਸੈਟਡ ਅਮੇਜ਼ਿੰਗ ਅਮੇਜ਼ਿੰਗ ਤੇ ਸਰਤਾਜ ਵੀਰੇ ਇਸ ਫਿਲਮ ਦਾ ਉਹ ਪੁਆਇੰਟ ਕੇੜਾ ਸੀਗਾ ਜਾਂ ਤੁਹਾਨੂੰ ਲੱਗਾ ਕਿ ਮੈਂ ਐਜ਼ ਅ ਸ਼ਾਇਰ ਇਸ ਕਿਉਂਕਿ ਇਸ ਫਿਲਮ ਦੇ ਸ਼ਾਇਰ ਵੀ ਤੁਸੀਂ ਹੋ ਹੈਨਾ ਅ ਬਿਹਾਈਂਡ ਦ ਸੀਨਸ ਔਨ ਸਕਰੀਨ ਤਾਂ ਮੈਂ ਕਹਿੰਨਾ ਮੈਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੈ ਉਹ ਮੈਂ ਡੈਫੀਨਿਟਲੀ ਤੁਹਾਨੂੰ ਪ੍ਰੀਮੀਅਰ ਤੇ ਲਾਈਕ ਆਈਲ ਡੈਫੀਨਿਟਲੀ ਸ਼ੇਅਰ ਮਾਈ ਰਿਵਿਊਜ਼ ਐਂਡ ਤੇ ਓਵਰ ਟਾਈਮ ਜੇ ਤੁਹਾਨੂੰ ਲੱਗਾ ਕਿ ਮੈਂ ਐਜ਼ ਅ ਸ਼ਾਇਰ ਇਸ ਫਿਲਮ ਦੇ ਸਕਸੈਸਫੁਲ ਹੋ ਗਿਆ ਬਣਾ ਲਿਓ ਉਹ ਕਿਹੜਾ ਮੋਮੈਂਟ ਸੀ ਮੈਂ ਚੂਰਿੰਗ ਜਦੋਂ ਮੈਂ ਤੁਹਾਨੂੰ ਕਹਿੰਨਾ ਕਿ ਅ ਇਨਸਟਿੰਕਟਿਵਨੈਸ ਇਨ ਮੇਕਿੰਗ ਦੀ ਪੋਇਟਰੀ ਔਨ ਦਾ ਸੈਟ ਆਲਸੋ ਉਹ ਵੀ ਇੱਕ ਆਪਣੇ ਆਪ ਟਾਸਕ ਕਹ ਲਓ ਪਰ ਮੈਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਜਦੋਂ ਮੈਨੂੰ ਕੋਈ ਬਾਉਂਡਿਸ਼ਨ ਦਿੰਦਾ ਨਾ ਲਿਮਿਟੇਸ਼ਨਸ ਦਿੰਦਾ ਆਈ ਲਵ 댓 ਕਿ ਅੱਛਾ ਥੜਾ ਕੋ ਪੰਜ ਮਿੰਟ ਲਈ ਅੱਛਾ ਤੁਸੀਂ ਇਹ ਕਰਨਾ ਤੇ ਮੈਨੂੰ ਲੱਗਦਾ ਕਿ ਆਮ ਪੁਸ਼ਿੰਗ ਮਾਈ ਸੈਲਫ ਹੁਣ ਐ ਨਾ ਕਹ ਰਿਹਾ ਨੀਰੂ ਬਾਜਾ ਐਂਟਰਟੇਨਮੈਂਟ ਐਗਰੀ ਹੋਇਆ ਕਿ ਨਾ 15 ਮਿੰਟ ਚ ਹੈਗੇ ਤੁਹਾਡੇ ਕੋ ਗਾਣਾ ਲੈ ਕੇ ਭੇਜੋ ਨਹੀਂ 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 ਮੈਂ ਸੱਚੀ ਗੱਲ ਐ ਇਹ ਹੁਣ ਮੈਨੂੰ ਪਤਾ ਨਹੀਂ ਉਹ ਗੱਲ ਕਰਾ ਕੇ ਨਾ ਜਿਵੇਂ ਕਿ ਪੀ ਹੁਣੀ ਆਏ ਸੀਗੀ ਗਿਰਦਾਰੀ ਲਾਲਤਾ ਜਿਹੜਾ ਗਾਣਾ ਸੀਗਾ ਮੈਨੂੰ ਸ਼ਾਹ ਜੀ ਨੇ 7 ਮਿੰਟ ਜਾਂ 11 ਮਿੰਟ ਇੱਕ ਨਰੇਟਿਵ ਦਿੱਤਾ ਸੀਗਾ ਕਿ ਇਹ ਇਹ ਆ ਤੇ ਮੈਂ ਅਗਲੇ 15 ਤੋਂ 20 ਮਿੰਟ ਚ ਗਾਣਾ ਲਿਖਦਾ ਸੀਗਾ ਅਗਲੇ 13 ਤੋਂ ਟੂਰਨਾਮੈਂਟ ਵਿੱਚ ਜੋ ਡੱਬ ਕਰਤਾ ਸੀ ਫਾਈਨਲ ਟੋਟਲ 35 ਮਿੰਟਸ ਵਿੱਚ ਮੈਂ 0 ਟੂ ਡੱਬਡ ਫਾਈਨਲ ਵੋਕਲ ਮੈਂ ਦੇਤੀ ਸੀਗੀ ਮੈਂ ਕਿਹਾ ਜੀ ਸੁਬਾਹ ਤੁਹਾਡਾ ਕੰਮ ਸੋ ਮੈਨੂੰ ਲੱਗਦਾ ਕਿ ਮੇਰੇ ਜੋ ਫੋਕਸਿੰਗ ਹੈਗੀ ਆ ਕਪੇਬਿਲਿਟੀ ਹੈਗੀ ਆ ਸਮ ਹਾਉ ਤੇ ਮੈਨੂੰ ਚੰਗਾ ਵੀ ਲੱਗਦਾ ਮਤਲਬ ਕਈ ਬੰਦੇ ਲਹੁੰਦੇ ਨੇ ਯਾਰ ਤੂੰ ਮੈਨੂੰ ਜ਼ੋਰ ਆਉਣਾ ਪਾ ਮੇਰਾ ਦਿਮਾਗ ਨਹੀਂ ਚੱਲਦਾ ਮੈਨੂੰ ਲੱਗਦਾ ਕਿ ਛੱਪਾ ਠੀਕ ਹੈ ਆਈ ਲਵ ਥਿਸ ਮਤਲਬ ਮੈਨੂੰ ਪ੍ਰੈਸ਼ਰ ਲੈਣ ਦੀ ਬਹੁਤ ਆਦਤ ਹੈ ਪਤਾ ਨਹੀਂ ਜ਼ਿੰਦਗੀ ਚ ਕੀਤਾ ਇਹੋ ਜਿਹਾ ਕੁਝ ਸੋ ਆਈ ਲਵ ਜਿਹੜੀ ਇਹ ਚੀਜ਼ ਹੈ ਜੇ ਮੈਨੂੰ ਸ चंगा बंद नीरू लाइक कलीजोटा तो, कली तो बाद ना एक एक्सपेक्टेश लैवल ज नहीं कर सकता सी कोई नीरू ने आ भी कर दिखाया है ना और उस तो बाद लॉ तक उस दे फेवर से आके है ना उस दिन भी सैलीब्रेट सारे yeah. ने किया कि हाँ एक मैंटल हैरसमेंट नाम की भी चीज़ हूँ जरा इन एक्सपैक्टेशा लें बाद आप प्रोड्यूसर भी होंगे तो हम हो गया कि मैं हर बार कोई बैरियर लेके आना बैरियर तोड़ना है या फिर like, और अपने चैलेंज होगा ताही फिल्मा अगरियर तोड़नेट मीसली बट no, मतलब not all the time and sach jisanuniya vadya vadya topics mil rahe hain scripts mil rahe hain so mm -hmm. we should do wish and the scripts that i believe in the shayar de vich ik cheez nirubajwadi kedi dekhnu milegi jehdi asi pehla kadde nahi dekhi shayara hon de alawa i mustad ji am i'm his ustad ji can mm -hmm. you imagine yeah yeah <laughs> <laughs> in, <laughs> i don't know uh, i don't know यू लास्ट मी तो मैं कभी भी आई कैन पिन पॉइंट कि मैं क्या लग कर रही हूँ मैं क्या अच्छा कर रही है नहीं, अच्छा नहीं अलग है। नहीं बस ये वो चीज़ कि अच्छा लेट मी रीफ्रेज़ेट नीरू बाज में तो किस चीज़ ने इस बार तनु तो खुद नू सरप्राइज़ की था ये कर फिल्म करते हुए आई डिन सरप्राइज़ मायसेल सताज़ी सरप्राइ And um, break to baad, comedy scene karna si. And I wasn't being able to get out of Shire. You know, when you watch a good film, a good Absolutely. film like. Same jis kali jotan alviyochi, baad loo, baad lambitan tai nikali paise. A hangover hunda, na film mm -hmm. da. And it's not my any gari, because you know, I say, mm -hmm. Jodhomiri koi karab film on dia, I'm, I'm mm -hmm. first to say. Mm -hmm. um, but my film dekhi, and I just couldn't get out of it. And I was like, wow. You know, because rai hunda ki, you watch a film, good film and good cinema, you feel like. यार ऐसी है जो कुछ क्यों नहीं कर रहे राइट एंड दिस टाइम आई फेल्ट दैट कि ये फोमो बहुत लोगों का नु आएगा I e hope so. To. I really hope so. really आई होप सो आई रियली होप सो एंड स्पेशली सरताज जी परफॉर्मेंस इन द फिल्म आई रियली बिलीव के ब्लो यू गाइज अवे क्या बात है सरताज वीरे की कहना चाहते हैं चलो ये थैंक यू वेरी मच फॉर दिस The way she expresses the emotion to the camera because she loves the camera, mm -hmm. and she can express better than to human, than to camera. Mm -hmm. The whatever she does in the film, it is intensively expressive, and uh, very, very convincing. We some points you gave. Did they? surprise you? Oh my God! Do you remember any point? My favorite scene. I am not Just aim it mota Do, big big. Scene, not ਕੀ ਐਸਾ ਕੀ ਕੀਤਾ ਸੀ ਇਹਨਾਂ ਨੇ ਨਹੀਂ ਸੀ ਵੀ ਚਲੋ ਦੱਸ ਦਦਾ ਉੱਚ ਕਿਹੜਾ ਕੀ ਇਹਨਾਂ ਦੇ ਫਾਦਲ ਤੇ ਨਾਲ ਕੁਸੀਨ ਇਹਨਾਂ ਦਾ ਉਹ ਮੇਰਾ ਫਿਲਮ ਦਾ ਬਹੁਤ ਮੈਨੂੰ ਅਜ਼ੀਜ਼ ਹੈ ਸੀ ਉਹ ਵੇਰੀ ਉਹ ਲਿਖਾ ਵੀ ਬਹੁਤ ਸੋਹਣਾ ਹੈ ਆਬੀਸਲੀ ਜਗਦੀਪ ਨੇ ਡਾਇਰੈਕਟ ਉਹਦੇ ਨੇ ਬਹੁਤ ਬਿਊਟੀਫੁਲ ਕੀਤਾ ਬਟ ਫਾਈਨਲੀ ਕਿਉਂਕਿ ਜੇ ਸਬਜੈਕਟ ਜਿਹੜਾ ਹੈ ਤੁਹਾਡਾ ਬੇਸਿਕਲੀ ਐਕਟਰ ਜਿਹੜਾ ਹੈ ਜਿਹਦੇ ਥਰੂ ਤੁਸੀਂ ਚੀਜ਼ ਕਹਿਣੀ ਹੈ ਜੇਕਰ ਉਹ ਉਹਨਾ ਹੀ ਐਕਸਪ੍ਰੈਸਿਵ ਹੋਵੇ ਤੇ ਇਹਨਾਂ ਬਰੀਕੀ ਨਾਲ ਸਮਝਦਾ ਹੋਵੇ ਤੇ ਦੈਨ ਥਿੰਗਸ ਵੋਸ ਕਲਟ

ਠੀਕ ਹੈ ਸਰਦਾਰ ਜੀ ਮਲਾਹ ਹਾਂ ਅਰੇ ਤੁਸੀਂ ਆਏ ਦੇਖ ਰਹੇ ਹੋ 2 ਸੈਕਿੰਡ

ਕਿ ਜਿੱਦਾਂ ਵੀ ਕਿਸੇ ਸਿਨੇਮਾ ਦੇ ਚਾਹੇ ਉਹ ਰੀਜਨਲ ਹੈ ਚਾਹੇ ਡੋਮੈਸਟਿਕ ਹੈ ਜਾਂ ਚਾਹੇ ਇੰਟਰਨੈਸ਼ਨਲ ਹੈ ਉਹਦੇ ਕੁਝ ਨਾ ਕੁਝ ਨਾ ਪੈਰਲਲ ਸਿਨੇਮਾਸ ਖੜੇ ਹੋ ਜਾਂਦੇ ਆ ਇਹ ਉਹਨਾਂ ਚ ਇੱਕ ਹੋਣ ਵਾਲੀ ਹਾਂ ਜਿਹਦੇ ਵਿੱਚ ਫਿਰ ਇੱਕ ਅਨਦਰ ਡਾਈਮੈਂਸ਼ਨ ਖੁੱਲ ਜਾਂਦੀ ਹੈ ਕਿਸੇ ਸਿਨੇਮਾ ਚ ਇਹ ਵੀ ਹੋ ਸਕਦਾ ਇਸ ਇਸ ਦੈਟ ਸੌਰਟ ਆਫ ਕੀ ਬਾਤ ਹੈ ਤੇ ਮੈਨੂੰ ਲੱਗਦਾ ਕਿ ਹੁਣ ਸਾਡੀਆਂ ਗੱਲਾਂ ਬਾਤਾਂ ਟੂ ਵੀ ਕੰਟੀਨਿਊ ਟਿਲ ਦ ਸਕਸੈਸ ਆਫ ਸ਼ਾਇਰ ਤੇ ਸਤਜਪਾ ਜੀ ਫਿਰ ਖੋਜਵੇ ਜਾਣ ਤੋਂ ਪਹਿਲਾਂ ਕੁਝ ਭੁੱਲਿਏ ਕਿਵੇਂ ਸੁਣਾ ਦੋ ਛੜ ਜਾ ਜੀ ਹਾਂ रोका किंज मैं ख़्याल परवाज़नू तूं त शायर बण गईं सरताजू रोका किंज मै ख़्याल परवाज़नू तूं त शायर بنایا اے सरजू ਮੇਰੀ ਰੂਚੇ ਸਮਾਇਆ ਮੇਰੇ ਦਿਲ ਬਰਾ ਰੂਚੇ ਸਮਾਇਆ ਮੇਰੇ ਦਿਲ ਬਰਾ ਤੂੰ ਜੋ ਨਜ਼ਮਾਂ ਲਿਖਾਇਆ ਸੀ ਪੁਲਿਏ ਕਿਵੇਂ ਤੂੰ ਜੋ ਨਜ਼ਰਾਂ ਮਿਲਾਇਆ ਸੀ ਪੁਲਿਏ ਕਿਵੇਂ ਤੂੰ ਜੋ ਨੀਂਦਾਂ ਚੁਰਾਈਆਂ ਸੀ ਹੁੰਦੀਏ ਕਿਵੇਂ ਕਹਿ ਕੇ ਹਮਦਮ ਕਦੀ ਤੇ ਕਦੀ ਬਾਵਰਾ ਹਮਦਮ ਕਦੀ ਤੇ ਕਦੀ ਬਾਵਰਾ ਤੂੰ ਮੁਹੱਬਤਾਂ ਸਿਖਾਈਆਂ ਸੀ ਹੁੰਦੀਏ ਕਿਵੇਂ ਤੂੰ ਜੋ ਨਜ਼ਰਾਂ ਮਿਲਾਈਆਂ कि ने तीती सेकेंड दी रिल्ला देवे चिंपेंसिएंट होने वाले ज़माने देवे च कोई सात मिनट लगे कि गाने च बंद के रख सकते ना वो सिर्फ सत्यंदर सत्ता आ गया। okay. I would say that. Thank you so much guys. Thank you Is so na? much. ते मिलिया करो। कन्नू चार अंधी हैं जी। तुसी भी काफी busy रहने होती हैं। oh. Why didn't you come to Bujabariya interviews? चुप कर। I was introduced? traveling. <laughs> I was traveling थी? थी? तुसी तुसी मिलते न थैंक यू सो मच नीरू थैंक यू सो मच थैंक यू सो मच वी विल सी यू आफ्टर द फिल्म इज अ सुपर हिट यस एंड फिल्म होने वाली है एंड एक करके देखियो उन तुसी कन्नी काट के देखियो दोहे जाने तुसी आई रियली वांट की ये होवे तुसी सेलिब्रेट करो एंड क्योंकि ऐसा सिनेमा कितना कितने में लगता है कि साडे ओवरऑल सिनेमा नु आगे लेके जरूर आएगा थैंक यू सो मच ऐसे एफर्ट्स करन दे बहुत बहुत धन्यवाद थोड़ा थैंक यू फॉर सपोर्टिंग थैंक यू सो मच थैंक यू सो मच जी फिलहाल ये वो कलाकार ने जिन्ना नु तुनु देख के मैं कह सकता कि हमेशा खुशी मिलती है कि ना दोहे अपने अपने ਖੇਤਰਾਂ ਦੇ ਵਿੱਚ ਕਮਾਲ ਕਰਨ ਤੋਂ ਬਾਅਦ ਵੀ ਐਕਸਪੈਰੀਮੈਂਟ ਕਰਕੇ ਤੁਹਾਡੇ ਲਈ ਕੁਝ ਲੈ ਕੇ ਆ ਰਹੇ ਹਾਂ ਜ਼ਰੂਰ ਇੱਕ ਵਾਰ ਜਾਓ ਤੇ ਦੇਖ ਕੇ ਆਓ ਜ਼ਰੂਰ ਦੱਸੋ ਕਿ ਕਿਹੋ ਜਿਹੀ ਲੱਗੀ ਸਾਡੇ ਵੱਲੋਂ 올 ਦਾ ਬੈਸਟ ਤੇ ਸਾਰੇ ਜ਼ਰੂਰ ਦੇਖਿਓ 19 April ਨੂੰ ਸ਼ਾਇਰ ਥੈਂਕ ਯੂ ਸੋ ਮੱਚ ਗਾਇਜ਼ ਥੈਂਕ ਯੂ ਥੈਂਕ ਯੂ ਜੀ